ਬਾਪੂ ਜੀ ਵੀ ਬੋਲਦੇ ਹੋਣਗੇ ਕਿ ਇੰਨਾ ਟਾਈਮ ਹੋ ਗਿਆ ਜੀਤਾ ਨੂੰ ਗਈ ਨੂੰ, ਹਜੇ ਤੱਕ ਨਹੀਂ ਆਈ ਘਰੇ। ਪਰ ਹੁਣ ਮੈਂ ਕੰਮ ਵੀ ਤਾਂ ਕਰਨੇ ਸੀ ਨਾ, ਕੀ ਕਰਾਂ। ਇੱਥੇ ਲਾ ਕੇ ਨਾ, ਮੈਂ ਤਾਂ ਮਿੱਟੀ ਲੱਗ ਜੂ, ਆਹੀ ਢਾਈਦਾ ਲੱਗ ਜਾਣਗੀਆਂ, ਐਂ ਗੱਲ ਬਣ ਜੂ, ਆਉਂਦੇ ਮੇਰੀ ਜੀਤਾ ਧੀ ਨੂੰ। ਬਾਪੂ ਜੀ ਇੱਥੇ ਕੀ ਕਰਦੇ ਹੋ? ਪੁੱਤ ਕਰਨਾ ਕੀ ਸੀਗਾ, ਆਹ ਦੇਖਦਾ ਸੀ ਮੈਂ ਇੱਟਾਂ ਜਿਹੀਆਂ ਪਈਆਂ ਗੀਆਂ, ਇੱਥੇ ਬਣਾ ਕੇ ਘੁੰਘੋਲੀ ਜੀ, ਆਹ ਚੁੱਲ੍ਹਾ ਆਪਾਂ ਉੱਥੇ ਲਾ ਦਿਆਂਗੇ, ਤੇ ਨਾਲ ਇਹਨੂੰ ਮਿੱਟੀ ਲਾ ਕੇ ਪੋਚਾ ਪੋਚਾ ਲੱਗ ਗਏ। ਬਾਪੂ ਜੀ ਤੁਹਾਡੀਆਂ ਸਕੀਮਾਂ ਜਿਹੜੀਆਂ ਨੇ ਨਾ, ਉਹ ਤਾਂ ਮੈਨੂੰ ਪਤਾ, ਤੇ ਜੇ ਬੇਬੇ ਨੂੰ ਪਤਾ ਲੱਗ ਗਿਆ ਨਾ ਤੁਸੀਂ ਕੋਈ ਕੰਮ ਨਹੀਂ ਕੀਤਾ, ਤੇ ਇੱਥੇ ਵਿਹਲੇ ਬੈਠੇ ਹੋਣੀ, ਡੰਡਾ ਲੈ ਕੇ ਤੁਹਾਡੇ ਪਿੱਛੇ ਪੈ ਜਾਣ। ਮੈਂ ਤੁਹਾਨੂੰ ਦੱਸਦਾ ਆਪਾਂ ਜਿਹੜੀ ਜਿਹੜੀ ਕੰਮ ਕਰਦੇ ਆਪਾਂ ਕੰਮ ਹੀ ਕਰ ਲੈਣੇ ਪੁੱਤ। ਹੈ ਬਾਪੂ ਜੀ, ਜਿਵੇਂ ਤੁਸੀਂ ਐਵੇਂ ਬੇਬੇ ਤੋਂ ਚੋਰੀ ਉੱਥੇ ਬੈਠੇ ਸਕੀਮਾਂ ਲੜਾਉਂਦੇ ਰਹਿੰਦੇ ਹੋ ਨਾ, ਕਿ ਸ਼ਾਮ ਇੱਥੇ ਹਾਂ ਤੂੰ ਵੈਸਾ ਮੈਂ ਕਰਦਾ ਕੰਮ ਆ ਪੈਰ ਤਾਂ ਹਟਾਦਾ ਕੀੜਿਆ ਥੱਲੇ। ਮੇਰੀ ਗੱਲ ਸੁਣੋ, ਜਿਹੜੇ ਤੁਸੀਂ ਸਕੀਮਾਂ ਲੜਾਉਂਦੇ ਰਹਿੰਦੇ ਹੋ ਨਾ ਬਹਿ ਕੇ, ਕਿ ਸ਼ਾਮ ਨੂੰ ਸੱਤ ਦੇ ਵਿੱਚ ਕਿਹੋ ਜਿਹੀਆਂ ਗੱਲਾਂ ਕਰਨੀਆਂ, ਇਹਦੇ ਨਾਲ ਚੰਗਾ ਕੰਮ ਕਰ ਲਵੇ, ਜੇ ਬੇਬੇ ਨੂੰ ਪਤਾ ਲੱਗਣ ਤੁਹਾਨੂੰ ਘਰੋਂ ਕੱਢ ਦੇਗੀ, ਰੋਟੀ ਵੀ ਦੇਣੀ ਹੈਗੀ ਉਹਨੂੰ। ਕੁਛ ਨਹੀਂ, ਤੂੰ ਮੈਨੂੰ ਐਂ ਦੱਸ, ਤੂੰ ਤਾਈ ਕੋਲ ਗਈ ਸੀ ਤਾਂ ਮੈਂ 2 ਮਿੰਟ ਅਗਰ ਰਲਾ ਦੂੰ, ਪਸ਼ੂ ਬੰਨ ਦੂੰਗਾ ਬਾਹਰ, ਤੇ ਨਾਲੇ ਮਿਸਤਰੀ ਬੁਲਾਉਣੇ, ਨਾਲੇ ਤਾਂ ਉਹ ਚੁੱਲ੍ਹੇ ਦਾ ਕੰਮ, ਉਹਦਾ ਕੰਮ ਨਿਬੜ ਜੂਗਾ, ਤੇ ਨਾਲੇ ਇਹਦਾ ਮੈਨੂੰ ਨਿਬੇੜ ਦਿਆਂ ਖੁਰਨੇ ਜੀ। ਬਾਪੂ ਜੀ ਕਈ ਵਾਰੀ ਮੈਂ ਸੋਚਦੀ ਹਾਂ ਆਪਣਾ ਘਰ ਕਿੰਨਾ ਸੋਹਣਾ ਹਨਾ। ਬਹੁਤ ਘਰ ਤਾਂ ਜਿੰਨਾ ਬੰਦਾ ਜਿੱਥੇ ਰਹਿੰਦਾ ਹੋਵੇ ਨਾ ਉਹ ਸੋਹਣਾ ਹੀ ਹੁੰਦਾ ਗਾ, ਚਾਹੇ ਕਿਹੋ ਜਿਹਾ ਮਰਜ਼ੀ ਹੋਵੇ, ਬੰਦੇ ਦੇ ਆਪਦੇ ਸਾਰੇ ਹੁੰਦਾ। ਜੇ ਆਪਾਂ ਹੁਣ ਦੂਜਾ ਮਗਰ ਲੱਗ ਜਾਵਾਂਗੇ ਤਾਂ ਫਿਰ ਤੈਨੂੰ ਪਤਾ ਹੀ ਆ, ਕਹਿੰਦੇ ਹੁੰਦੇ ਬੰਦੇ ਨੂੰ ਆਪਦੇ ਪੈਰ ਦੇਖ ਕੇ ਵਿਚਾਰਨੇ ਚਾਹੀਦੇ ਪੁੱਤ। ਪਰ ਬਾਪੂ ਜੀ ਆਪਣਾ ਘਰ ਸੱਚੀ ਚ ਬਹੁਤ ਸੋਹਣਾ, ਲੋਕਾਂ ਦੀ ਲੋਕ ਕੀ ਰੀਸ ਕਰਨਗੇ ਸਾਡੇ ਘਰ ਦੀ, ਹੈਨਾ। ਉਹ ਪੁੱਤ ਪੁਰਾਣਾ ਜ਼ਰੂਰ ਆ, ਬਹੁਤ ਟਾਈਮ ਪਹਿਲਾਂ ਦਾ ਪਿਆ ਵਾ, ਪਰ ਊਂ ਇਹੋ ਜਿਹਾ ਦੇਖ ਸਾਰਾ ਚੀਜ਼ ਆ ਇੱਥੇ, ਕੁੱਲ ਚੀਜ਼ ਆ, ਲੋਕੇਸ਼ਨ ਨੀ ਆਪਾਂ ਕਹਿੰਦੇ ਜਿਵੇਂ ਬਹੁਤ ਵਧੀਆ ਲੋਕੇਸ਼ਨ ਆ, ਗਹਾਰੇ ਬਣੇ ਵੇ ਤਾਂ ਧੂਆਂ ਨਿਕਲਦਾ, ਹੁਣ ਤਾਂ ਢਾ ਢਾ ਕੇ ਕਿਸੇ ਨੂੰ ਗਹਾਰਿਆਂ ਦਾ ਨੀ ਪਤਾ, ਪੁਰਾਣੇ ਗਹਾਰੇ ਵੀ ਵਿੱਚ ਬਣੇ ਵੇ ਆਪਣੇ ਘਰੇ ਦੇਖ। ਹਾਂ ਸਾਰਿਆਂ ਦੇ ਹੁਣ ਢਾ ਢੂ ਤੇ ਗਹਾਰੇ ਨੀ ਪਤਾ, ਪਹਿਲਾਂ ਕਿਸੇ ਨੂੰ ਕੀ ਹੁੰਦਾ, ਦੁੱਧ ਧੱਤਾ ਧਰ ਦੇ ਉਹਨੂੰ ਗਹਾਰਾ ਕਹਿੰਦੇ ਹੁੰਦੇ ਸੀ। ਹਾਰਾ ਵੀ ਕਹਿੰਦੇ ਨੇ, ਹਾਰਾ ਵੀ ਕਹਿੰਦੇ ਨੇ, ਹੈਨਾ, ਹਾਂ, ਜਿਹੜੇ ਕਾੜਨੀ ਚ ਦੁੱਧ ਰੱਖਦੇ ਨੇ। ਤੇ ਬਾਪੂ ਜੀ ਮੈਨੂੰ ਇਹ ਦੱਸੋ ਕਿ ਆਪਣੇ ਘਰੇ ਕੋਈ ਰਿਸ਼ਤੇ ਵਾਲਾ ਵੀ ਆਇਆ ਸੀ? ਪੁੱਤ ਇਹ ਗੱਲਾਂ ਤੋਂ ਆਪਾਂ ਕੀ ਲੈਣਾ ਗਾ, ਤੂੰ ਸਾਡਾ ਹਜੇ ਕਿਹੜਾ ਤੱਪ ਤੇਰਾ ਵਿਆਹ ਕਰਨਾ ਗਾ। ਉਹ ਤਾਂ ਠੀਕ ਆ ਬਾਪੂ ਜੀ, ਪਰ ਮੈਂ ਤੁਹਾਨੂੰ ਕਹਿੰਦੀ ਸੀ ਜੇ ਕੋਈ ਕਹੇਗਾ ਨਾ ਵੀ ਹਾਂ ਰਿਸ਼ਤਾ ਦੇ ਦਿਓ, ਤੁਸੀਂ ਕਰਿਓ ਨਾ ਮੇਰਾ ਰਿਸ਼ਤਾ, ਹਜੇ ਹਜੇ ਤਾਂ ਮੈਂ ਨਾ ਚਾਦਰਾਂ ਕੱਢਣੀਆਂ ਨੇ, ਫਿਰ ਮੈਂ ਉਹ ਖੇਸ ਵੀ ਬੁਣਨੇ ਆ, ਸਾਰਾ ਕੁਛ ਕਰਨਾ, ਹਜੇ ਨਾ ਮੇਰਾ ਰਿਸ਼ਤਾ ਕਰਿਓ। ਪੁੱਤ ਜਿਹੜਾ ਤੂੰ ਕੰਮ ਕਰਨਾ ਖੁਸ਼ੀ ਨਾਲ ਕਰ ਲਾ, ਚਾਦਰਾਂ ਕੱਢ ਲਾ, ਗਾਹਾ ਕੁਛ ਵੀ ਮਰਜ਼ੀ ਕਰ ਲਾ, ਪਹਿਲਾਂ ਤਾਂ ਜਿਹੜਾ ਜ਼ਰੂਰੀ ਕੰਮ ਹੁੰਦਾ ਨਾ ਗਹਾਰਾ ਲਾਉਣਾ ਸਿੱਖ ਪਾਥੀਆਂ ਦਾ, ਇਹ ਜ਼ਰੂਰੀ ਹੁੰਦਾ ਗਾ। ਅੱਛਾ ਹਾਂ, ਜਿਹੜੇ ਬੰਦੇ ਨੂੰ ਗਹਾਰਾ ਨਹੀਂ ਲਾਉਣਾ ਹੁੰਦਾ ਉਹ ਕੰਮ ਕੀ ਜਾਣਦੀ ਆ, ਹੁਣ ਪਾਥੀਆਂ ਤੋਂ ਵਧੀਆ ਪਾਥ ਲੈਣੀ ਆ, ਹੁਣ ਗਹਾਰਾ ਪੂਰਾ ਚਿਣ ਕੇ ਤਾਂ ਤੋਂ ਲਿਜਾਉਣਾ ਬਹੁਤ ਵੱਡੀ ਗੱਲ ਹੁੰਦੀ ਆ, ਫਿਰ ਇੱਕ ਬੰਦਾ ਗਹਾਰਾ ਨਹੀਂ ਲਾ ਸਕਦਾ। ਫਿਰ ਚਾਦਰਾਂ ਦਾ ਕੀ ਆ, ਆ ਤੇਰੀ ਤਾਈ ਯਾਰ ਸਾਰਾ ਕੁਛ ਜਾਣਦੀਆਂ, ਤੇਰੀ ਮਾਂ ਨੂੰ ਪੁੱਛੋ ਤੇਰੀ ਮਾਂ ਜਾਣਦੀ ਆ, ਚਾਦਰਾਂ ਦਾ ਕੀ, ਚਾਦਰਾਂ ਕੱਢਣ ਸਿੱਖ ਜੇਗੀ, ਖੇਸ ਦਾ ਕੀ ਆ, ਐਡਾ ਵੱਡਾ ਥਾਂ ਆਪਣੇ ਕੋਲ ਕੀ ਹੋ ਗਿਆ, ਨਹੀਂ ਪੁਰਾਣਾ ਘਰ ਆ ਤੇ ਖੱਡਾ ਪੱਟ ਕੇ ਇੱਥੇ ਤਾਣੀ ਵਾਲਾ, ਹੁਣ ਤਾਂ ਦੂਜੇ ਵੀ ਬਣ ਲਾ ਗਏ ਲੋਹੇ ਦੇ, ਭਾਵੇਂ ਉਹ ਬਣਾ ਕੇ ਧਰ ਲਓ, ਸਾਰਾ ਕੁਛ ਸਿੱਖ ਲਓ। ਚੱਲ ਪਹਿਲਾਂ ਤੇ ਫਿਰ ਬਾਪੂ ਜੀ ਮੈਂ ਗਹਾਰਾ ਹੀ ਲਾਉਣਾ ਸਿੱਖਦੀ ਆ। ਹਾਂ ਗਹਾਰਾ ਸਿੱਖ ਲੈ ਪੁੱਤ, ਜ਼ਰੂਰੀ ਆ, ਕੱਲ ਨੂੰ ਅਗਲਾ ਕਹੂ ਤੈਨੂੰ ਕਿਸੇ ਨੇ ਗਹਾਰਾ ਨਹੀਂ ਲਾਉਣਾ ਸਿਖਾਇਆ, ਜੇ ਕਿਤੇ ਕੱਲ ਨੂੰ ਵਿਆਹ ਹੋ ਗਿਆ ਤੇਰੀ ਸੱਸ ਕਹਿ ਦੂ ਵੀ ਲੈ ਚਿਣ ਦੇ ਗਹਾਰਾ, ਤੇ ਫਿਰ ਚਿਣੀ ਗਈ ਤਾਂ ਹੀ ਜੇ ਆਉਂਦਾ ਹੋਊਗਾ।
ਗੱਲ ਤੇ ਤੁਸੀਂ ਬਿਲਕੁਲ ਸਹੀ ਕੀ ਆ ਬਾਪੂ ਜੀ, ਮੈਨੂੰ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਕਿ ਨਹੀਂ? ਹਾਂ ਪੁੱਤ ਜ਼ਰੂਰੀ ਆ। ਕਹਿੰਦੇ ਹੁੰਦੇ ਜਿਹੜੀ ਧੀ ਹੁੰਦੀ ਹੈ ਨਾ, ਧੀ ਨੂੰ ਹਰ ਕੰਮ ਸਿੱਖਣਾ ਜ਼ਰੂਰੀ ਆ। ਜੇ ਤੂੰ ਸਿੱਖ ਲੇਗੀ ਤਾਂ ਤੇਰੇ ਹੀ ਮੂਹਰੇ ਕੰਮ ਆਊਗਾ। ਜੇ ਕੱਲ੍ਹ ਨੂੰ ਕਿਸੇ ਨੇ ਕਹਿਤਾ ਵੀ ਐਂ ਕਰਨਾ, ਤੂੰ ਜੇ ਫਟ ਫਟ ਦੇ ਨੇ ਕਰ ਦੇਗੀ। ਜੇ ਤੂੰ ਤੈਨੂੰ ਆਪ ਨੂੰ ਨਹੀਂ ਆਉਂਦਾ ਹੈ ਫਿਰ ਤੂੰ ਕਰੇਂਗੀ ਕਿੱਥੋਂ? ਫਿਰ ਅਗਲਾ ਕੀ ਕਹਿੰਦਾ, ਅਗਲਾ ਮਾਂ ਨੂੰ ਫੜ ਲੈਂਦਾ ਕਿ ਮਾਂ ਨੇ ਕੁਝ ਸਿਖਾਇਆ ਨੀਗਾ। ਇਹ ਤਾਂ ਤੂੰ ਗੱਲ ਸਮਝਦੇ ਆ ਵੀ ਮਾਂ ਨੂੰ ਕਹਾਉਣ ਨਾਲੋਂ ਪਹਿਲਾਂ ਕੰਮ ਸਿੱਖ ਲਾ। ਹੁਣ ਤੇਰੀ ਤਾਈ ਵਰਗੀਆਂ ਰੋਜ਼ ਆ ਤੇਰੇ ਬਾਰ 'ਚ, ਰੋਜ਼ ਤਾਂ ਘਾਰੇ ਲਾਉਂਦੀਆਂ, ਉਹਨਾਂ ਨੂੰ ਦੇਖ ਲੈ ਵੀ ਕਿਵੇਂ ਲਾਉਂਦੀਆਂ, ਥੱਲੇ ਗੇਰਾ ਘੇਰਾ ਬੰਨ ਕੇ ਬਸ। ਆ ਤੈਨੂੰ 2 ਦਿਨਾਂ 'ਚ ਪਤਾ ਲੱਗ ਜੂ ਕਿੱਡੇ ਬਾਹਲਾ ਵੱਡਾ ਕੰਮ ਨਹੀਂ ਹੁੰਦਾ ਇਹ। ਜਦੋਂ ਤੂੰ ਨਿਗਾਹ ਮਾਰ ਲਈ ਵੀ ਆਹ ਐਂ ਗੇੜ ਲਾਉਂਦੀਆਂ ਵੀ ਕਿਹੜੇ ਹੋਰ ਤਾਹਾਂ ਨੂੰ ਲਜਾਂਦੀਆਂ, ਜਦੋਂ ਤੇਰਾ ਦਿਮਾਗ 'ਚ ਗੱਲ ਆ ਗਈ ਬਸ। ਠੀਕ ਆ, ਆਹ ਦੇਖ ਆਪਣੇ ਨਾਲ ਪਾਥੀਆਂ ਪਾਥੀਆਂ ਪੈਂਗਾ ਉਧਰ ਸਾਰ ਸਵੇਰੇ, ਸਾਰੀਆਂ ਲਾਉਂਦੀਆਂ ਤਾਈ ਵਰਗੇ ਜਿਹਨੂੰ ਮਰਜ਼ੀ ਨਿਗਾਹ ਮਾਰ ਲਿਆ ਕਰ ਕਿਵੇਂ ਲਾਉਂਦੀਆਂ, ਬਸ ਤੇਰੇ ਦਿਮਾਗ 'ਚ ਉਹਦੀ ਆਜੂ ਗੱਲ। ਚੱਲ ਠੀਕ ਹੈ ਬਾਪੂ ਜੀ, ਫਿਰ ਮੈਂ ਹੁਣ ਇੱਕ ਵਾਰ ਲਾਉਣਾ ਸਿੱਖਦੀ ਹਾਂ। ਤੂੰ ਐਂ ਕਰ, ਤੂੰ ਚੱਲ ਤੇਰੀ ਮਾਂ ਕੋਲੇ ਕਰ ਉਹਦੇ ਨਾਲ ਗੱਲਾਂ ਤੇ ਮੈਂ ਸੰਨੀ ਲਾ ਕੇ ਆ ਗਿਆ। ਠੀਕ ਆ? ਠੀਕ ਹੈ, ਆਹ ਮੈਂ ਰਾਹ ਕੇ ਕਰਾਂ ਤਾਂ ਇੱਥੋਂ ਦਾ ਪਾਰ ਵੀ ਸਾਂ ਜੀ ਬੰਨ ਦਿੰਦੇ ਨੇ ਉਹ ਤੇਰਾ ਬਾਲਾ। ਹੋ ਐਵੇਂ ਕਰਨਾ ਫਿਰ ਗਾਰਾ ਲੱਗਦਾ। ਲੈ ਹਜੇ ਤੱਕ ਨਹੀਂ ਉੱਠਿਆ ਹੈਗਾ, ਠਾਉਣੀ ਹੈ ਇਹਨੂੰ, ਜਾ ਕੇ ਚਾਹ ਚੂ ਪੀ ਲੂਗਾ। ਰਵੀ ਰਵੀ ਖੜਾ ਹੋ ਪੁੱਤ, ਚਾਹ ਪੀ ਲਾ, ਐਡਾ ਦਿਨ ਚੜਿਆ ਆ। ਹਾਂ ਮਾਂ। ਹੋਰ ਖੜਾ ਹੋ ਪੁੱਤ, ਲੈ ਚਾਹ ਪੀ ਲਾ। ਲੈ ਫੇਰ ਸੌਂ ਜਾਂਦਾ, ਹਜੇ ਸੁਪਨੇ ਪੂਰੇ ਨਹੀਂ ਹੋਏ ਤੇਰੇ ਸੌਂ ਸੌਂ ਕੇ। ਸੁਪਨੇ ਵੱਡੀ ਵਾਲੇ ਆ ਮਾਂ, ਐਂ ਕਿੱਥੇ ਪੂਰੇ ਹੁੰਦੇ ਆ। ਕੋਈ ਨਾ ਪੁੱਤ, ਪੂਰੇ ਹੋ ਜਾਣਗੇ ਸੁਪਨੇ, ਹੈਗੀ ਆ ਤੇਰੀ ਮਾਂ ਸੁਪਨੇ ਪੂਰੇ ਕਰਨ ਵਾਸਤੇ। ਲੈ ਫੜ ਚਾਹ ਪੀ ਲਾ। ਲੈ ਪਾਏ ਤੇ ਥੋੜੀ ਪਿੰਦੇ ਹੁੰਦੇ ਪੁੱਤ, ਬਹਿ ਲੈ। ਆ ਏ ਮਾਂ ਰੱਖ ਦੇ ਚੰਗਾ। ਹੁਣ ਤੂੰ ਨਹਾ ਨੂੰ ਲੈ, ਪਾਣੀ ਗਰਮ ਲਾਇਆ ਪਿਆ ਤੇਰਾ, ਨਾਲ ਚਾਹ ਪੀ ਕੇ ਨਾ ਲਈ। ਨਾਲ ਨਾ, ਮੇਰਾ ਸਰੀਰ ਨਹੀਂ ਸੱਟਾ, ਮੇਰਾ ਜੀ ਕਰਦਾ ਮੈਂ ਹੋਰ ਸੌਵਾਂ ਘੰਟਾ। ਪੁੱਤ ਦੇਖ ਮੇਰੀ ਗੱਲ ਸੁਣ, ਤੂੰ ਤਿਆਰ ਹੋ ਜਾ, ਆਪਾਂ ਜਾਣਾਗਾ। ਉਹ ਕਿੱਥੇ ਜਾਣਾ ਵਾ? ਪੁੱਤ ਕੁੜੀ ਦੇਖਣ ਜਾਣਾ ਆਪਾਂ ਨੇ। ਕਿਹਦੀ ਕੁੜੀ? ਲੈ ਆ ਕੇ। ਕਿਹਦੀ ਕੁੜੀ? ਤੇਰੇ ਵਾਸਤੇ ਪੁੱਤ। ਮੇਰੇ ਵਾਸਤੇ? ਹਾਂ। ਉਹ ਹਏ ਕੀ ਆ ਬੈ, ਵਿਆਹ ਕਰਾਉਣਾ ਹੁਣ ਤੂੰ ਨਹੀਂ ਸਮਝਦੀ, ਮੁੜ ਕੇ ਹੁਣੇ ਨਹੀਂ ਸਮਝਦੀ। ਲੈ ਪੁੱਤ ਜਾਣਾਗਾ, ਮੈਂ ਤਾਂ ਤਿਆਰ ਹੋਈ ਬੈਠੀ ਹੈਗੀ, ਮੈਂ ਤਾਂ ਤੇਰੇ ਮੂੰਹ ਕੰਨੀ ਦੇਖੀ ਜਾਂਦੀ, ਤੂੰ ਛੇਤੀ ਉੱਠ ਖੜ। ਦੇਖੀ ਕਿਉਂ ਆ ਮੇਰੇ ਮਗਰ ਪਈ ਪਈ? ਮੈਂ ਤੈਨੂੰ ਕਿਹਾ ਮੈਂ ਹਜੇ ਨਹੀਂ ਕਰਾਉਣਾ ਵਿਆਹ, ਪਹਿਲਾਂ ਕਿਤੇ ਕੰਮ ਧੰਦਾ ਸੈੱਟ ਕਰ ਲਈਏ। ਕੋਈ ਨਾ ਪੁੱਤ, ਕੰਮ ਧੰਦਾ ਤਾਂ ਆਪੇ ਸੈੱਟ ਹੋ ਜਾਊਗਾ, ਕਹਿੰਦੇ ਨੇ ਕਹਿੰਦੇ ਵਧੀਆ ਰਿਸ਼ਤਾ ਆਪਾਂ ਦੇਖਤਾ ਇੱਕ ਵਾਰੀ। ਤਾਂ ਕੋਈ ਨਾ ਮਾਂ, ਮੈਨੂੰ ਮਾੜਾ ਹਜੇ ਪੈ ਪੂ ਜਾਂਦੇ ਘੰਟਾ ਅੱਧਾ ਘੰਟਾ ਹੋਰ। ਲੈ ਆ ਕੇ ਪੈ ਜਾਂਦੇ, ਤੂੰ ਛੇਤੀ ਕਰ ਪੁੱਤ, ਚਾਹ ਪੀ ਕੇ ਨਾ ਤੇ ਨਾ ਲਾ, ਮੈਂ ਰੋਟੀ ਬਣਾਉਣੀ ਆ। ਚਲ ਆ ਜਾਵਾਂ, ਹੁਣ ਪਾਣੀ ਪਾ ਦੇ ਸਰਾ, ਮੈਂ ਕੱਪੜੇ ਕੱਢ ਦਿੰਦੀ। ਹਾਂ ਕੱਪੜੇ ਕੱਢ ਦਿੰਦੀ ਆ। ਬੇਬੀ ਨਾ ਬਸ ਖਾਧੀ ਆ। ਉਹ ਭਾਈ ਘਰੇ ਆ, ਚੰਨੀ ਆ ਗਿਆ। ਅੱਛਾ ਆ ਜਾ ਆ ਜਾ, ਪਾਣੀ ਪੂਣੀ ਛਿੜਕ ਲਿਆ ਕਰੋ ਭਾਈ। ਹੈ ਓਹੋ, ਕੀ ਕਰ ਗਏ ਰੱਖਤਾ ਹੀ ਬਾਲਾ ਵਾ। ਚੱਲ ਮੈਂ ਤਾਂ ਫੇਰ ਹੀ ਸੰਭਲ ਲੂੰਗੀ, ਮੇਰੇ ਤੇ ਤਾਪ ਪੈ ਗਿਆ ਸਾਰਾ ਰੇਤ, ਕੀ ਕਰੀਏ ਪਾਣੀ ਬਥੇਰਾ ਛਿੜਕਨੇ ਆ। ਆ ਹੁਣ ਨਾ ਸਰਦੀ ਦਾ ਕਰਕੇ ਮਿੱਟੀ ਜੀ ਵਾਲੀ ਉੱਠਦੀ ਹੈ। ਸਰਦੀ ਕਰਕੇ? ਹੋਰ ਉਹ ਸਵੇਰੇ ਦਾ ਧੁੰਦ ਜੀ ਨਹੀਂ ਹੁੰਦੀ, ਫਰਸ਼ ਲਵਾਉਣ ਵਾਲਾ ਆਉਣਾ ਨਾ। ਫਰਸ਼ ਤਾਂ ਲਵਾਵਾਂਗੇ ਬਸ ਥੋੜਾ ਚਿਰ ਹੀ, ਹੁਣ ਤਾਂ ਲਵਾਈ ਲਵਾਂਗੇ। ਚੱਲ ਉਹ ਰਿਸ਼ਤਾ ਨੀ ਕਹਿੰਦਾ ਪਿਆ ਸੀ ਕਿਹੜਾ, ਉਹ ਕੁੜੀ ਆਪਾਂ ਦੇਖਣ ਜਾਣਾ ਸੀ। ਹਾਂ ਹਾਂ, ਉਹ ਨਾ ਕੁੜੀ ਜਵਾਬ ਦੇ, ਜਵਾਬ ਦੇਗੀ? ਉਹ ਜਵਾਬ ਐਂ ਦੇਗੀ, ਉਹ ਕੁੜੀ ਕਹਿੰਦੀ ਮੈਂ ਬਾਹਰਲੇ ਦੇਸ਼ ਜਾਣਾ ਭਾਈ। ਮੈਂ ਬਾਹਰਲੇ ਦੇਸ਼ ਜਾਊਂਗੀ, ਉੱਥੇ ਪੱਕੀ ਹੋਊਂਗੀ, ਫਿਰ ਵਿਆਹ ਕਰਾਊਂਗੀ।
ਮੈਂ ਇੰਨਾ ਟਾਈਮ ਕਿੱਥੇ ਰੋਕਦੇ ਸਾਡੇ ਬੰਦੇ? ਲੈ ਦੇਖਲਾ ਐਡਾ ਦਿਮਾਗ ਕਿਉਂ ਫਿਰਿਆ ਲੋਕਾਂ ਦਾ, ਨਾਲੇ ਸਾਨੂੰ ਤਾਂ ਪਹਿਲਾਂ ਹਾਂ ਕਰਤੀ, ਅਸੀਂ ਤਾਂ ਤਿਆਰ ਹੋਏ ਬੈਠੇ ਆਗੇ, ਉਹ ਮੁੰਡਾ ਵੀ ਤਿਆਰ ਹੋਈ ਜਾਂਦਾ ਸੀ, ਮੈਂ ਉਹਨੂੰ ਉਠਾਇਆ ਗਾ ਮੈਂ ਚਾਹ ਚੋ ਪੀ ਲਾ ਪੁੱਤ ਤਿਆਰ ਹੋ ਜਾ। ਉਹ ਤੇਰੀ ਗੱਲ ਠੀਕ ਹੈ, ਤਿਆਰ ਤਾਂ ਹੋ ਜਾਂਦੇ ਬਾ, ਉਹ ਕੁੜੀ ਨੇ ਜਵਾਬ ਦਿੱਤਾ ਨਾ, ਮਾਂ ਪਿਓ ਤਾਂ ਤਿਆਰ ਆ, ਉਹ ਕੋਈ ਰਿਸ਼ਤਾ ਕਰ ਲਓ ਸੀ ਕਿਹੜਾ ਜਵਾਬ ਦਿੰਦੇ, ਪਰ ਸੋਨੂੰ ਦੇ ਲਓ ਤਿੰਨ ਜਾਂ 3 ਸਾਲ ਤੇ ਮੰਨ ਲਓ ਵੱਟਦੀ ਪਏ ਆ, ਉਦੋਂ ਘੱਟੋ ਘੱਟ 5 ਸਾਲ ਚ ਪੱਕਾ ਹੁੰਦਾ, 3 ਸਾਲ ਚ ਪੱਕਾ ਹੁੰਦਾ। ਉਹ ਪੱਕਾ ਪੁੱਕਾ ਕਿੱਥੇ, ਉੱਥੇ ਜਾ ਕੇ ਤਾਂ ਭਾਈ ਮੈਨੂੰ ਸਾਰਾ ਪਤਾ ਹੀ ਹੈ, ਉੱਥੇ ਤਾਂ ਸਾਰੀ ਉਮਰ ਲੰਘ ਜਾਂਦੀ ਆ, ਪੱਕਾ ਹੋ ਜੇ ਤਾਂ ਬੰਦਾ ਜਾਣ ਸਾਰਾ ਹੋ ਜੇ, ਤੇ ਨਹੀਂ ਹੋ ਮੈਨੂੰ ਤਾਂ ਇਹ ਨਹੀਂ ਪਤਾ 20 ਸਾਲ ਲੱਗ ਜਾਣ। ਉਹ ਨਹੀਂ ਨਹੀਂ ਨਾਲੇ ਮੁੜ ਕੇ ਬੰਦਾ ਆ ਵੀ ਨਹੀਂ ਸਕਦਾ ਫਿਰ ਇੱਧਰ। ਹਾਂ ਇਹ ਤਾਂ ਹੈ ਗੱਲ, ਭਾਈ ਦੇਖ ਲਓ ਕਿਵੇਂ ਕਰਨਾ। ਆ ਹੁਣ ਅਸੀਂ ਉਹਦੇ ਮੂੰਹ ਕੋ ਨਹੀਂ ਥੋੜੀ ਦੇਖੀ ਚੱਲਾਂਗੇ, ਲੈ ਆ ਤਾਂ ਹੁਣ ਸਾਡਾ ਜਿਹੜਾ ਅੱਜ ਦਾ ਖਰਚਾ ਹੋਇਆ ਗਾ ਤਾਂ ਗੱਡੀ ਵਾਲੇ ਨੂੰ ਕਹੀ ਬੈਠੇ ਸੀ। ਉਹ ਕੋਈ ਗੱਲ ਨਹੀਂ ਜਵਾਬ ਦੇ ਦਿਓ, ਗੱਡੀ ਨੂੰ ਕੀ 200 ਰੁਪਏ ਦੇ ਦੇ, ਚੱਲ ਕੋਈ ਗੱਲ ਨਹੀਂ ਜਾਊਗਾ। 200 ਵਾਲੀ ਗੱਲ ਨਹੀਂ ਹੁੰਦੀ ਚੰਨੀ, ਅਗਲੇ ਦੇ ਹੁਣ ਜਵਾਨ ਫੜਾਈ ਹੁੰਦੀ ਹੈ ਜਦੋਂ, ਨਾਲੇ ਮੁੰਡਾ ਮੈਨੂੰ ਗਾਲਾ ਦੇਊਗਾ ਵੀ ਤੜਕੇ ਦੀ ਮੈਨੂੰ ਉਠਾਈ ਜਾਂਦੀ ਹੈ, ਵੀ ਹੁਣ ਆ ਕੀ ਹੋ ਗਿਆ, ਤੜਕੇ ਤੜਕੇ ਨਹੀਂ ਬੰਦੇ ਨੂੰ ਜਵਾਬ ਦੇਣਾ ਚਾਹੀਦਾ, ਸਾਨੂੰ 2-4 ਦਿਨ ਪਹਿਲਾਂ ਦੱਸ ਦਿੰਦੇ। ਉਹ ਦੇਣਾ ਤਾਂ ਮੈਂ ਉਹ ਦੇ ਤਾਂ ਜਵਾਬ ਮੈਂ ਸ਼ਾਮ ਨੂੰ ਦਿੱਤਾ ਸੀ, ਮੈਂ ਕਿਹਾ ਯਾਰ ਕਿੱਧਰ ਫੋਨ ਕਰਾਂਗੇ, ਮਤਲਬ ਜਾ ਕੇ ਗੱਲ ਦੱਸ ਦਾਂਗੇ ਪੂਰੀ। ਹੈ ਚੱਲ ਦੇਖੀ ਜਾਊ ਭਾਈ, ਤੂੰ ਐਂ ਕਰ ਫਿਰ ਚੰਨੀ, ਤੂੰ ਸਾਨੂੰ ਤਾਂ ਕੋਈ ਹੋਰ ਰਿਸ਼ਤਾ ਭਾਲ ਕੇ ਦੇ, ਹੁਣ ਅਸੀਂ ਤਾਂ ਨਾ ਰਿਸ਼ਤੇਦਾਰੀ ਚ ਵੀ ਪਤਾ ਸੀ ਸਾਡੇ ਤਾਂ, ਮੈਂ ਮੇਰੇ ਭਾਈ ਨੂੰ ਫੋਨ ਕੀਤਾ ਸੀਗਾ, ਉਹ ਤਾਂ ਕਹਿੰਦਾ ਮੈਥੋਂ ਤਾਂ ਆਇਆ ਨਹੀਂ ਜਾਂਦਾ, ਕਹਿੰਦਾ ਚੱਲ ਤੁਸੀਂ ਵਗ ਜਾਓ ਭੈਣੇ, ਅਸੀਂ ਤਾਂ ਜਾਣਾ ਸੀ, ਹੁਣ ਉਹ ਅਗਲੇ ਕਹਿਣਗੇ ਵੀ ਤੁਸੀਂ ਕਿਹੋ ਜਿਹੇ ਨਾਲ ਰਿਸ਼ਤਾ ਜੋੜਿਆਗਾ। ਕੋਈ ਹਾਂ ਉਹ ਬਾਅਦ ਚ ਹੁਣ ਮੈਂ ਗੱਲ ਕੀਤੀ ਚੰਗੀ ਰਹਿੰਦੀ ਹੈ, ਤੁਸੀਂ ਬਾਅਦ ਚ ਰਿਸ਼ਤਾ ਕਰ ਲੈਂਦੇ, ਮੰਗਣੀ ਸੰਗਣੀ ਕਰ ਲੈਂਦੇ, ਤੁਸੀਂ ਗਹਿਣੇ ਪਾ ਜਾਂਦੇ, ਛਾਂਪਾ ਛੱਲੇ ਪਾ ਜਾਂਦੇ ਮੁੜ ਕੇ ਕੁੜੀ ਦੇ, ਤੇ ਮੁੜ ਕੇ ਬਾਅਦ ਜਵਾਬ ਦਿੰਦੇ, ਫਿਰ ਔਖਾ ਆ ਜਾਂਦਾ, ਹੁਣ ਤਾਂ ਇਕੱਲੇ ਦੇਖਣ ਹੀ ਜਾਣਾ ਜੀ, ਮੁੰਡਾ ਹੀ ਦੇਖ ਕੇ ਗਏ ਆ ਉਹ। ਚੱਲ ਹਾਂ ਤਾਂ ਗੱਲ ਠੀਕ ਆ ਤੇਰੀ, ਹੁਣ ਜਾਂਦੇ ਗੱਡੀ ਤੇ ਜਾਂਦੇ ਖਰਚਾ ਕਰਦੇ ਫੇਰ ਜਵਾਬ ਦਿੰਦੇ, ਫੇਰ ਵੀ ਔਖਾ ਹੋ ਜਾਂਦਾ, ਫੇਰ ਕਿਉਂ ਖਰਚਾ ਹੋ ਜਾਂਦਾ ਬੰਦੇ ਦਾ। ਹੋਰ ਹੁਣ ਚੱਲ ਆ ਸੋਡਾ ਖਰਚਾ ਤੇ ਨਹੀਂ, ਉਹ ਰਿਸ਼ਤੇ ਮੇਰੇ ਕੋਲ ਵਾਧੂ ਰਿਸ਼ਤੇ ਆ, ਸੋਡਾ ਮੁੰਡਾ ਕੁਵਾਰਾ ਨਹੀਂ ਰਹਿਣਾ ਹੁੰਦਾ ਮੈਂ, ਵਾਧੂ ਤਾਂ ਹੈਗੇ ਨੇ ਰਿਸ਼ਤੇ, ਐ ਚਾਹ ਜਾ ਚੜਿਆ ਪਿਆ ਸੀ ਵੀ ਲੈ ਅੱਜ ਕੁੜੀ ਦੇਖਣ ਜਾਵਾਂਗੇ ਅਸੀਂ। ਉਹ ਚੱਲ ਫੇਰ ਕੀ ਹੋ ਗਿਆ, ਤੂੰ ਐ ਕਰ ਕੋਈ ਗੱਲ ਕਰ, ਬਾਹਰ ਦੀ ਬਾਹਰ ਹੋ ਜਾਂਦਾ, ਜਿਹੜੇ ਰਿਸ਼ਤੇ ਕਰਾਉਂਦੇ ਹੁੰਦੇ ਤੂੰ ਤਾਂ ਕਰਾਉਂਦਾ ਰਹਿਣਾ ਰਿਸ਼ਤੇ, ਕੋਈ ਨਾ ਕੋਈ ਕੁੜੀ ਮਿਲ ਜੂਗੀ। ਇੱਕ ਸੋਡਾ ਮੁੰਡਾ ਵਧੀਆ ਲੰਬਾ ਹੈਗਾ, ਨੌਕਰੀ ਪਾਏ ਆ ਉਹਨੂੰ, ਨੌਕਰੀ ਨੌਕਰੀ ਦਿਲਵਾ ਦਾ ਫਾਰਮ ਫੂਰਮ ਭਰ ਦਿਆ ਕਰੋ, ਹੈ ਰਿਸ਼ਤੇ ਤਾਂ ਆਪ ਭੱਜੇ ਆਉਣਗੇ। ਰਿਸ਼ਤਾ ਤਾਂ ਮੇਰਾ ਮੁੰਡਾ ਕਿਹੜਾ, ਉਹੀ ਗੱਲ ਉਹ ਜੇ ਕਾਨ ਮੀਣਾ ਬਥੇਰਾ ਸੋਹਣਾ ਸੁਨੱਖਾ ਗਾ, ਉਹਨੂੰ ਤਾਂ ਕੁੜੀਆਂ ਦੀ ਲੈਣ ਲੱਗ ਜੂਗੀ। ਚੱਲ ਠੀਕ ਹੈ ਤੂੰ ਫਿਕਰ ਨਾ ਕਰ, ਮੈਂ ਰਿਸ਼ਤਾ ਹੋਰ ਦੇ ਦਾਂ ਕੋਈ। ਚੱਲ ਆਹੋ ਫਿਰ ਮੈਨੂੰ ਦੱਸੀ ਫੋਨ ਕਰਕੇ, ਫਿਕਰ ਨਾ ਕਰੋ ਤੁਸੀਂ, ਚੱਲ ਚਾਹ ਬਣਾ ਲੈਂਦੇ। ਉਹ ਨਾ ਚਾਹ ਨਹੀਂ ਪੀਂਦਾ। ਓਹੋ ਲੈ ਤਾਂ ਕੰਮ ਖਰਾਬ ਹੀ ਹੋ ਗਿਆ, ਲੈ ਮੌਕੇ ਤੇ ਆ ਕੇ ਜਵਾਬ ਦਿੱਤਾ, ਲੈ 10 ਬੰਦੇ ਨੂੰ ਪਹਿਲਾਂ ਕਹਿ ਦੇ। ਹੈ ਚੱਲ ਦੇਖੀ ਜਾਊ, ਕੋਈ ਨਾ ਫਿਰ ਰਿਸ਼ਤਾ ਤਾਂ ਹੋ ਹੀ ਜਾਣਾ ਮੇਰੇ ਮੁੰਡੇ ਨੂੰ, ਮੈਂ ਤਾਂ ਤਕੜਾ ਰਿਸ਼ਤਾ ਪਾਲੂੰਗੀ ਕੋਈ ਨਾਲੇ। ਹਾਂ ਕੀ ਕਰਦੇ ਫਿਰਦੇ ਆ? ਕੁਛ ਨੀ ਸੁਣੀ ਜੀ, ਰਾਤ ਨੂੰ ਕੈਬ ਪਸੋਂ ਬੰਨ ਕੇ ਆਇਆ, ਉਹ ਕੁੜੀ ਢਾਈ ਉਹ ਮਿਸਤਰੀ ਨੂੰ ਪੁੱਛ ਕੇ ਆਇਆ ਜੀ, ਮੈਂ ਇੱਕ ਦਿਨ 2 ਘਰਾਂ ਤੇ ਲਾ ਕੇ ਆ, ਉਹ ਕਿੱਲੇ ਦੇ ਸੀਗੇ, ਮੈਂ ਨਾਲ ਹੁੱਕਾਂ ਜੀ ਲਾ ਦੇ। ਹੁਣ ਮਟਿਆਰ ਹੁੰਦੀ ਜਾਂਦੀ ਆ ਕੁੜੀ, ਤੇ ਕੋਈ ਰਿਸ਼ਤਾ ਰਿਸ਼ਤਾ ਵੇਖ ਲਾ ਦੇ ਘਰੇ, ਉਹ ਦੇਖ ਲਾਂਗੇ ਐਡੀ ਛੇਤੀ ਦੱਸ ਰਿਸ਼ਤੇ ਨੂੰ ਕੀ ਆ। ਐਡੀ ਛੇਤੀ ਆਏ ਰਿਸ਼ਤੇ ਕਿਤੇ ਧਰੇ ਪਏ ਹੁੰਦੇ ਆਗੇ, ਉਹ ਵੀ ਕਿਤੇ ਕਰਮਾਂ ਨੀ ਮਿਲਦੇ ਹੁੰਦੇ ਆਗੇ, ਜੇ ਹੁਣ ਤੋਂ ਦੇਖਣ ਲੱਗੇਗਾ ਫੇਰ ਇੱਥੇ ਆਊਗਾ। ਇਹ ਤਾਂ ਹੈਗੀ, ਇਹ ਕੰਮ ਤਾਂ ਜ਼ਰੂਰੀ ਹੁੰਦੇ, ਕੋਈ ਵੀ ਕੰਮ ਆ, ਕੰਮ ਸਿੱਖਿਆ ਉਹ ਤਾਂ ਫੇਰ ਹੀ ਕਰੂਗਾ ਜਵਾਕ ਪਗਾਨੀ ਕਦੇ ਜਾ ਕੇ, ਉਹੀ ਤਾਂ ਗੱਲ ਆ। ਹਾਂ ਕੰਮ ਤਾਂ ਸਾਰੀ ਜ਼ਰੂਰੀ ਹੁੰਦੀ।
ਇਹਦਾ ਕੰਮ ਜ਼ਰੂਰੀ ਆ। ਮਾਂ ਪਿਓ ਤਾਂ ਪਛਤਾਉਂਦੀ ਪਛਤਾਉਂਦਾ ਗਾਹਾਂ ਧੀ ਵੀ ਪਛਤਾਉਂਦੀ ਆ। ਐਂ ਤਾਂ ਹੁਣ ਦੇਖਭਾਲ ਕੀ ਕਰੋਗੇ, ਐਂ ਤਾਂ ਨਹੀਂ ਛੱਡਦੇ ਤੁਸੀਂ। ਇਹ ਚੀਜ਼ ਹੁੰਦੀ ਆ ਵੀ ਪਹਿਲਾਂ ਜ਼ਰੂਰੀ ਆ, ਕੋਈ ਰਿਸ਼ਤੇਦਾਰ ਪਰਤਿਆ ਹੋਵੇ ਨਾ ਗਾਹਾਂ ਨੇ, ਰਿਸ਼ਤੇਦਾਰਾਂ ਨਾਲ ਆਉਣੀ ਜਾਣੀ ਹੋਵੇ, ਉਹ ਰਿਸ਼ਤਾ ਵਧੀਆ ਰਹਿੰਦਾ। ਜਿਹੜਾ ਆਪਾਂ ਹੁਣ ਦੇਖਣ ਆਪਾਂ ਨੂੰ ਕੀ ਪਤਾ ਹੁੰਦਾ, ਅੱਖਾਂ ਦਾ ਪਤਾ ਉਦੋਂ ਦੇਖ ਲੈਂਦੇ ਵੀ ਆਏ ਆ। ਤੇ ਜਿਹੜਾ ਬੰਦਾ ਵਰਤਦਾ ਹੋਵੇ ਉਹਨੂੰ ਪਤਾ ਹੁੰਦਾ ਵੀ ਆਹ ਬੰਦੇ ਦਾ ਸੁਭਾਅ ਕਿਹੋ ਜਿਹਾ, ਪਰਿਵਾਰ ਦਾ ਸੁਭਾਅ ਕਿਵੇਂ, ਪਰਿਵਾਰ ਠੀਕ ਹੋਵੇ। ਭਾਵੇਂ ਕਹਿੰਦੇ ਹੁੰਦੇ ਆ ਕੋਈ ਆਪਾਂ ਨੂੰ ਆਏ ਨੀ ਵੀ ਗਰੀਬ ਚਾਹੀਦਾ, ਆਹ ਅਮੀਰ ਚਾਹੀਦਾ, ਭਾਵੇਂ ਬੰਦਾ ਗਰੀਬ ਹੋਵੇ ਬੰਦੇ ਦੀ ਇੱਜ਼ਤ ਹੋਵੇ। ਉਹਦਾ ਚੱਲ ਜੇ ਆਪਾਂ ਰਿਸ਼ਤੇਦਾਰ ਵੀ ਕੋਈ ਕਰਾਊਗਾ ਅਗਲੇ ਝੇਬ ਤਾਂ ਹੁੰਦੀ ਆ, ਉਹੀ ਗੱਲ ਦਸਲ ਜੀ ਤਾਂ ਹੁੰਦੀ ਆ ਨਾ ਇਸ ਰਿਸ਼ਤੇ ਦੇ। ਚਲੋ ਕੋਈ ਗੱਲ ਨਹੀਂ, ਦੇਖਭਾਲ ਕਰੀ ਕਹਿ ਕੇ ਖਾ ਕੇ ਉਹ ਤਾਂ ਕਰ ਲਾਂਗੇ, ਉਹਦਾ ਕੋਈ ਅੱਖਰ ਕਹਾਣੀ। ਮੈਂ ਤੈਨੂੰ ਐਂ ਕਹਿੰਦਾ ਸੀਗਾ ਉਹ ਤਾਂ ਪਈ ਹੈਗੀ, ਇਹਨੂੰ ਲੋਡ ਕਰਾ ਦਿੰਦਾ ਤੂੰ ਕੱਲ੍ਹ ਕਹੀਂ ਤਿਲਕਦੀ ਆ। ਕੋਈ ਨੀ ਕਰਾ ਦਿਓ ਫਿਰ, ਜੇ ਹੋਰ ਲੋਡ ਕਰਾ ਦਿੰਦਾ ਇਹਨੂੰ ਫਿਰ ਉੱਥੋਂ ਵੱਲ ਮਨਜੀਤਾ ਨੇ ਵੀ ਗਿਆ ਜੀ ਬਾਪੂ ਕਰਾ ਕੇ ਲੈ ਕੇ ਤਿਲਕ ਜਾਂਦੀ ਹੈ, ਫਿਰ ਰਬੜ ਦੀ ਫੋਨ ਆਈ ਤੇ ਰਬੜ ਪਾ ਦਿੰਦੀ। ਠੀਕ ਆ, ਆਹੋ ਮੁੜ ਕੇ ਤੁਹਾਡੇ ਕੁਝ ਫਿਰ ਔਖਾ ਹੋ ਜੂਗਾ। ਐਂ ਤਾਂ ਮੈਂ ਦੱਬਦੀ ਨਹੀਂ, ਮੈਨੂੰ ਪਤਾ ਹੀ ਆ ਲੱਗੀ ਵੈਸੇ ਸਰੀਰ ਨਹੀਂ ਕੰਮ ਕਰਦਾ, ਉਹ ਤੁਰਦੀ ਨਹੀਂ ਫਿਰ ਔਖਾ ਹੋ ਜਾਂਦਾ। ਕਿੱਧਰ ਲੱਗਦੀ? ਇੱਥੇ ਪਈ ਆ ਜੀ। ਕਿਹੜੀ ਚੀਜ਼ ਆ ਨਾ ਜਿਹੜੀ ਤੀ ਆਹ ਵੀ ਨਾ ਤੇਰਾ ਬਾਪੂ ਤੈਨੂੰ ਇਧਰ ਪਾਲਦਾ ਫਿਰਦਾ। ਮੈਂ ਤੇ ਬੇਬੇ ਉਹ ਗਵਾਰਾ ਨੀ ਹੁੰਦਾ, ਗਹਾਰਾ ਹੁੰਦਾ ਜਿਹੜਾ, ਮੈਂ ਤੇ ਉਹ ਲਾ ਕੇ ਆਈ ਆ। ਅੱਛਾ, ਬਾਪੂ ਤੇ ਇਥੋਂ ਡਰਦਾ ਡਰਦਾ ਇਧਰ ਨੂੰ ਲੰਘ ਗਿਆ। ਮੋਰ ਪਾ ਕੇ ਕੱਢੀ ਦੀਆਂ ਨੇ,
ਹਾਂ ਸੂਈ ਨਾ ਹਾਂ ਹਾਂ ਉਹ ਸਿਖਾ ਦੂੰਗੀ ਉਹ ਵੀ ਸਿਖਾ ਦੇ ਮੈਨੂੰ ਹਾਂ ਪੁੱਤ ਤੇ ਨਾਲੇ ਨਾ ਬਾਪੂ ਨੂੰ ਕਹਿ ਦੀ ਮੇਰਾ ਵਿਆਹ ਵੀ ਨਾ ਕਰੇ ਹਜੇ ਹਾਂ ਪੁੱਤ ਕਿਉਂ ਪੁੱਤ ਵਿਆਹ ਤਾਂ ਕਰਨਾ ਪੈਂਦਾ ਹੁੰਦਾ ਬੇਬੇ ਹਜੇ ਹਜੇ ਤਾਂ ਮੈਂ ਇੰਨਾ ਸਿੱਖ ਲਿਆ ਕਰ ਤੂੰ ਜਿਹੜਾ ਕੰਮ ਕੋਈ ਰਹਿੰਦਾ ਹੁੰਦਾ ਜੇ ਮੈਂ ਹੁਣ ਵਧੀਆ ਹੁੰਦੀ ਕੰਮ ਧੰਦਾ ਕਰਦੀ ਹੁੰਦੀ ਤਾਂ ਮੈਂ ਸਾਰਾ ਕੰਮ ਆਪਦੀ ਧੀ ਨੂੰ ਆਪ ਸਿਖਾਉਂਦੀ ਸ਼ਾਮ ਨੂੰ ਚੱਲਦੇ ਯਾਰ ਉਹ ਯਾਰ ਪੁੱਛਣਾ ਯਾਰ ਮੇਰੀ ਤਾਂ ਨਾ ਬੇਬੇ ਨੇ ਮੇਰਾ ਦਿਮਾਗ ਖਾਧਾ ਪਿਆ ਸਾਰੇ ਉਂਗਲਾਂ ਖਾਲੀ ਹੋ ਸਾਰੀਆਂ ਛਾਪਾਂ ਜਾਂ ਵੇਚਤੀਆਂ ਹੁਣ ਨਵੀਂ ਛਾਂ ਪਵਾਈਏ ਪੂਤ ਰਿਸ਼ਤੇ ਹੁੰਦੇ ਹੈਗੇ ਜਵਾਬ ਆਪਾਂ ਇਹਨਾਂ ਦੇ ਚੱਲੀ ਇਹਨਾਂ ਦੀ ਕੁੜੀ ਜਵਾਨ ਆ ਰਵੀ ਕਿਹਦੇ ਨਾਲ ਗੱਲ ਕਰੀ ਜਾਂਦਾ ਪੁੱਛ ਲੈਂਦੇ ਹਾਂ ਪਹਿਲਾਂ ਮੈਂ ਰਿਸ਼ਤਾ ਕਰਾ ਦਾਂ ਮੁੜ ਕੇ ਜਵਾਬ ਦੇ ਦੇ ਹੈ ਅਤੇ ਮੇਰਾ ਤੇਲ ਮਚਾਇਆ ਉਹੀ ਜਾਵੇ ਕਿਵੇਂ ਪਹਿਲਾਂ ਨਹੀਂ ਕੁੜੀ ਨੇ ਜਵਾਬ ਦਿੱਤਾ ਉਵੇਂ ਕੰਮ ਖਰਾਬ ਕਰਤਾ ਗੱਲ ਕਰੀ ਜਾਂਦਾ ਮੈਨੂੰ ਤਾਂ ਲੱਗਾ ਕੁੜੀ ਨਾਲ ਤਾਂ ਨਹੀਂ ਗੱਲ ਕਰਦਾ ਉਹ ਚੱਲ ਕੋਈ ਨਾ ਲੈ ਚੱਲੂ ਕੋਈ ਨਾ ਮੈਂ ਲੈ ਚੱਲੀ ਯਾਰ ਮੋਟਰਸਾਈਕਲ ਦੀ ਬੜੀ ਕਰਦਾ ਤੂੰ ਕੋਈ ਚੱਕਰ ਨਹੀਂ ਬਸ ਤੂੰ ਮੇਰੇ ਨਾਲ ਚੱਲ ਬਣ ਉਹ ਕੁੜੀਆਂ ਸਾਡੇ ਕਰਮਾਂ 'ਚ ਕਿੱਥੇ ਭਰਾਵਾ ਮੁੰਡਾ ਦੇ ਲਾ ਭੋਲੇ ਦਾ ਆਪਣਾ ਵਾ ਚੱਲ ਠੀਕ ਆ ਉਹ ਚੱਲ ਕਰਦਾ ਤੈਨੂੰ ਯਾਰ ਮੈਂ ਫਿਰ ਹੋਰ ਸੁਣਾ ਕਿ ਠੀਕ ਆ ਠੀਕ ਆ ਠੀਕ ਆ ਚੰਨੀ ਤੂੰ ਦੱਸ ਬਈ ਉਹ ਮੈਂ ਟੈਂਸ਼ ਮੈਂ ਕੁੜੀ ਨਾਲ ਗੱਲ ਕਰੀ ਜਾਂਦਾ ਉਹ ਕੁੜੀ ਕਿੱਥੇ ਐਡੀ ਕਿਸਮਤ ਕਿੱਥੇ ਯਾਰ ਆਪਣੀ ਚੱਲ ਕਿਸਮਤ 'ਚ ਹੈ ਨਹੀਂ ਕਿਸਮਤ 'ਚ ਲਿਆ ਦਿੰਦੇ ਆਪਾਂ ਕੰਮ ਹੋਰ ਕੀ ਆ ਚੁੱਲ ਪੁਣੇ ਹੀ ਕਰਦਾ ਉਹ ਬਸ ਉਹ ਭਰਾਵਾ ਪਹਿਲਾਂ ਮੇਰੀ ਮਾਂ ਨਹੀਂ ਮੈਨੂੰ ਟਿਕਣ ਦਿੰਦੀ ਹੁਣ ਤੂੰ ਲੱਗ ਜਾ ਉਹੀ ਮੈਂ ਪੁੱਛਣਾ ਵੀ ਤੇਰੀ ਨਿਗਾਹ ਚ ਤਾਂ ਹੈ ਨੀ ਕੋਈ ਕੁੜੀ ਵੀ ਉਧਰ ਕਰਾ ਦਿੰਦੇ ਆਪਾਂ ਟਾਂਕਾ ਉਧਰ ਫਿੱਟ ਕਰਾ ਦਿੰਦੇ ਆ ਉਹ ਨਾ ਨਾ ਐਡੀ ਨਿਗਾਹ ਤੇ ਕਿੱਥੇ ਮੇਰੇ ਨਿਗਾਹ ਚ ਕੁੜੀਆਂ ਆਉਣ ਯਾਰ ਚੱਲ ਠੀਕ ਆ ਭਰਾ ਫਿਰ ਆਪਾਂ ਰਿਸ਼ਤਾ ਕਰਾ ਦਾਂ ਹਾਂ ਤੈਨੂੰ ਕੋਈ ਉਹ ਤਾਂ ਨਹੀਂ ਉਹ ਹਜੇ ਨਹੀਂ ਯਾਰ ਜੰਨੀ ਯਾਰ ਮੈਂ ਸਹੀ ਗੱਲ ਦੱਸਾਂ ਹਜੇ ਨਾ ਯਾਰ ਬਾਈ ਹੁਣ ਮੈਂ ਨਾ ਪਹਿਲਾਂ ਉਹਦੇ ਪੈਰਾਂ ਸਿਰ ਹੋਣਾ ਯਾਰ ਉਹ ਪੈਰਾਂ ਸਿਰ ਹੁਣ ਇੰਨੀ ਜ਼ਮੀਨ ਆ ਤੁਹਾਡੇ ਕੋਲ ਸਾਰਾ ਕੁਝ ਆ ਹੁਣ ਕੋਠੀ ਹੁਣ ਢਾਲ ਆ ਉਹਨੂੰ ਕਰਜੇ ਨੂੰ ਢਾ ਕੇ ਕੋਠੀ ਪਾ ਲਾ ਤੁਹਾਡਾ ਬੁੜਾ ਗਿਆ ਹੋਇਆ ਬਾਹਰਲੇ ਦੇਸ਼ ਹੈ ਹੁਣ ਪੈਸਾ ਇਕੱਠੇ ਕਰੀ ਜਾਂਦਾ ਤੈਨੂੰ ਕਮਾਉਣ ਦੀ ਕੀ ਲੋੜ ਹੈ ਜ਼ਮੀਨ ਬਣਾਈ ਜਾਂਦਾ ਪੈਰਾਂ ਸਿਰ ਨੂੰ ਖੜਾ ਵਧੀਆ ਆਪਦੀ ਜ਼ਮੀਨ ਦੇਖ ਲੈ ਮੈਂ ਤੁਹਾਨੂੰ ਐਂ ਕਹਿਣਾ ਕੋਈ ਬਿਜ਼ਨਸ ਕਰੇਗਾ ਤੇ ਡੈਰੀ ਫਾਰਮ ਪਾ ਲੈ ਹੈ ਹੋਰ ਇੰਨਾ ਤੁਹਾਡਾ ਭਾਵੇਂ ਸਬਜ਼ੀ ਬੀਜ ਲਿਆ ਕਰ ਇੰਨਾ ਵਾਹਣ ਇੱਕ ਰੱਖ ਬੰਦਾ ਤੇ ਤੈਨੂੰ ਕਰਨ ਦੀ ਕੰਮ ਕਰਨ ਦੀ ਵੀ ਲੋੜ ਨਹੀਂ ਉਹ ਖਾਸਮਾ ਮੈਂ ਨਾ ਇੰਨਾ ਪੜ੍ਹਿਆ ਲਿਖਿਆ ਆਹ ਖੇਤੀ ਕਰਨ ਨੂੰ ਜਾਂ ਆਹ ਡੈਰੀ ਫਾਰਮ ਖੋਲਣ ਲਈ ਨਹੀਂ ਮੈਂ ਪੜ੍ਹਿਆ ਲਿਖਿਆ ਮੈਂ ਕੋਈ ਨੌਕਰੀ ਕਰਨੀ ਆ ਹਲਦੀ ਸਾਰਾ ਪਾਵਦੀ ਫੈਕਟਰੀ ਲਈ ਬੈਠਾ ਉਹ ਸਾਰਾ ਖੇਤਾਂ ਚੋਂ ਕੱਢਦਾ ਉਹ ਬਿਜ਼ਨਸ ਕਰਦਾ ਚੱਲ ਕੋਈ ਨਾ ਹਾਂ ਮੈਂ ਅਸੀਂ ਪੁੱਛਣਾ ਤੇਥੋਂ ਅਸੀਂ ਪੁੱਛਣਾ ਕੁੜੀ ਤੇ ਹੈ ਨੀ ਕੋਈ ਯਾਰ ਕਿੱਥੇ ਯਾਰ ਚੱਲ ਠੀਕ ਆ
ਮੈਨੂੰ ਭਲਾ ਦਾ ਮੇਰਾ ਨਾ ਮੇਰਾ ਅਮਰ ਹੈਗਾ ਇਹ ਰਵੀ ਰਵੀ ਕਰੀ ਜਾਂਦਾ ਉਧਰੋਂ ਬੇਬੇ ਘਰੇ ਰਵੀ ਰਵੀ ਕਰੀ ਜਾਵੇ ਇੰਨਾ ਸੋਹਣਾ ਨਾ ਮੇਰਾ ਅਮਰ ਉਹ ਕਿਉਂ ਪਾਇਆ ਠੀਕ ਆ ਵੜਕ ਮਾਰਿਆ ਕਰ ਪੂਰੀ ਜਮਾ ਨਾ ਨਾ ਆਪਣੇ ਸਿਰ ਤੇ ਕਹੋ ਰੱਬ ਦੇ ਸਿਰ ਤੇ ਮਾਰਿਆ ਕਰ ਹੋ ਠੀਕ ਆ ਕਰ ਪਰਵਾਹ ਠੀਕ ਆ ਚੱਲ ਉਟਾ ਓਏ ਹਾਂ ਅੱਛਾ ਚਰਨੇ ਦੀ ਕੁੜੀ ਵਿਆਹਣ ਵਾਲੀ ਹੋਈ ਪਈ ਆ ਹਾਂ ਜਵਾਨ ਆ ਨਾਲੇ ਨਾਲੇ ਸਿਆਣੀ ਆ ਨਾਲੇ ਪੜ੍ਹੀ ਲਿਖੀ ਆ ਓਏ ਹਾਂ ਇੱਧਰ ਕਰ ਲੱਗਦੇ ਆ ਉਹ ਅੰਬਰ ਦਾ ਰਿਸ਼ਤਾ ਇੱਧਰ ਕਰ ਦਿੰਦੇ ਹਾਂ ਅੱਛਾ ਚਰਨੇ ਆ ਕਰੀ ਆ ਉਹ ਬੈਠਾ ਉਹ ਚਰਨੇ ਘਰੇ ਆ ਰਾਜਾ ਆ ਜਾ ਕਹਾਂ ਲੱਗਿਆ ਹੋਰ ਚਰਨੇ ਠੀਕ ਆ ਠੀਕ ਆ ਠੀਕ ਆ ਵਧੇ ਤੂੰ ਦੱਸ ਪਰਿਵਾਰ ਠੀਕ ਆ ਪਰਿਵਾਰ ਵੀ ਠੀਕ ਆ ਚੜ੍ਹਦੀ ਗਲਾ ਤੂੰ ਦੱਸ ਬੜਾ ਗੇੜਾ ਮਾਰਿਆ ਅੱਜ ਉਹ ਖੇੜਾ ਤੇ ਕੋਈ ਕੰਮ ਹੋਵੇ ਫੇਰ ਹੀ ਆ ਜਾਂਦਾ ਹੁਣ ਤਾਂ ਅੱਜ ਕੱਲ੍ਹ ਗੇੜਾ ਕਿੱਥੇ ਆ ਹੁਣ ਬਿਜੀ ਰਹਿੰਦਾ ਸੱਚ ਮੈਂ ਤਾਂ ਐਂ ਕਹਿਣਾ ਕੁੜੀ ਦਾ ਰਿਸ਼ਤਾ ਕੀਤਾ ਕੀਤਾ ਨੀ ਅਜੇ ਨਾ ਕੀਤਾ ਨੀ ਅਜੇ ਉਹ ਕਹਿੰਦੇ ਸੀਗਾ ਦੇਖ ਦੁੱਖ ਲੈ ਕੇ ਮਾੜਾ ਜਿਹਾ ਮੈਂ ਕਿਹਾ ਚੱਲ ਹੋਰ ਲੰਘ ਜਾਂਦੇ ਵੀ ਚੱਲ ਉਹ ਤਾਂ ਕਹਿੰਦੇ ਸੀ ਕਰ ਦਿੰਦੇ ਗੇ ਮੈਂ ਚੱਲ ਕੋਈ ਨੀ ਕਿਸੇ ਭੈਣ ਭਾਈ ਨੂੰ ਕਹਿ ਦਾਂਗੇ ਚੰਗਾ ਰਿਸ਼ਤਾ ਹੋਇਆ ਤਾਂ ਲੈ ਮੈਂ ਕਰਾਵਾਂ ਪੂਰਾ ਵਧੀਆ ਰਿਸ਼ਤਾ ਹੈ ਮੁੰਡਾ ਵੀ ਵਧੀਆ ਪੜ੍ਹਿਆ ਲਿਖਿਆ ਤੇ ਨਾਲੇ ਘਰ ਬਾਰ ਵੀ ਵਧੀਆ ਚਲੋ ਉਹ ਕੋਠੀ ਪਾਉਣਗੇ ਫੰਨੇ ਕਾਉਣ ਤੇ ਪਿਓ ਗਿਆ ਹੋਇਆ ਬਾਹਰਲੇ ਦੇਸ਼ ਗਜੈਜ਼ ਚ ਨਾਲੇ ਮੈਂ ਤੁਹਾਨੂੰ ਦੱਸਾਂ ਗੱਲ ਇੱਕ ਤੂੰ ਕਹਿੰਦਾ ਵੀ ਪਹਿਲਾ ਬੰਦਾ ਮੈਂ ਇਹ ਦੇਖਿਆ ਜਿਹੜਾ ਪੁੱਠਾ ਚੱਲਦਾ ਮੈਨੂੰ ਨਾ ਹੀ ਤਾਂ ਘਰ ਚਾਹੀਦਾ ਹੈਗਾ ਨਾ ਹੀ ਮੈਨੂੰ ਜ਼ਮੀਨ ਚਾਹੀਦੀ ਹੈ ਮੈਨੂੰ ਪਿੰਡ 'ਚ ਬੰਦੇ ਦੀ ਇੱਜ਼ਤ ਚਾਹੀਦੀ ਆ ਤੇ ਬੰਦਾ ਇੱਕ ਬਸ ਕੰਮ ਵਾਲਾ ਹੋਵੇ ਬਸ ਬਸ ਫਿਰ ਸਭ ਕੁਛ ਫਿੱਟ ਹੈ ਮੁੰਡਾ ਵੀ ਇੱਜ਼ਤਦਾਰ ਕੰਮ ਵਾਲਾ ਉਹ ਤਾਂ ਮੈਨੂੰ ਕਹਿੰਦਾ ਆਪਦੇ ਪੈਰਾਂ 'ਤੇ ਖੜਨਾ ਮੈਂ ਆਪਦੇ ਪਿਓ ਦੀ ਕਮਾਈ 'ਤੇ ਨਹੀਂ ਖੜਨਾ ਲੈ ਫਿਰ ਇਹੋ ਜਿਹਾ ਮੁੰਡਾ ਚਾਹੀਦਾ ਕੋਈ ਉਹ ਤੋਂ ਮੈਂ ਕੀ ਕਰਾਉਣਾ ਗਾ ਪੜ੍ਹੇ ਲਿਖੇ ਤੋਂ ਕਾਹਨੂੰ ਲੈ ਕੇ ਟੋਪੀ ਇਥੇ ਤੁਰਿਆ ਫਿਰੇ ਮੁੜ ਕੇ ਉਹ ਬੰਦਿਆਂ ਤੋਂ ਮੈਂ ਬਹੁਤ ਦੂਰ ਹਾਂ ਨਾ ਨਾ ਇਹ ਨਹੀਂ ਮੁੰਡਾ ਪੂਰਾ ਵਧੀਆ ਪੜਿਆ ਲਿਖਿਆ ਫੰਨੇ ਕਾ ਮੁੰਡਾ ਜਵਾਨ ਹੈ ਤੇਰੇ ਵਾਂਗੂ ਹੈਗਾ ਜਵਾਨ ਹੈ ਚਲੋ ਠੀਕ ਹੈ ਚੱਲ ਚੰਗੀ ਗੱਲ ਆ ਭਾਈ ਫੇ ਤੋਰਾਂ ਗੱਲ ਹਾਂ ਤੋਰ ਲਈ ਹਾਂ ਬਸ ਇੰਨੀ ਗੱਲ ਜ਼ਰੂਰ ਆ ਗਈ ਵੀ ਰੱਖੀ ਮਾੜਾ ਖਿਆਲ ਜਿਹੜੀ ਅੱਜ ਤੈਨੂੰ ਦੱਸੇ ਬਾਅਦ ਚ ਅਗਲਾ ਨਾ ਨਾ ਨਹੀਂ ਨਹੀਂ ਕੰਮ ਵਾਲਾ ਮੁੰਡਾ ਨਸ਼ਾ ਪੱਤਾ ਵੀ ਨਹੀਂ ਕਰਨਾ ਨਸ਼ੇ ਪੱਤੇ ਦੀ ਜ਼ਿੰਮੇਵਾਰੀ ਹੈ ਨੂਰ ਹੀ ਨਾ ਮੂੰਹ ਤੇ ਨੂਰ ਨਹੀਂ ਅੱਜ ਕੱਲ੍ਹ ਨਸ਼ਾ ਪੱਤਾ ਹਰ ਮੁੰਡਾ ਕਰਦਾ ਤੂੰ ਕਰ ਚੱਲ ਗੱਲਾਂ ਮੈਂ ਚੱਲ ਕੋਈ ਗੱਲ ਨੀ ਇੱਕ ਮਿੰਟ ਬੈਠਦਾ ਜਾ ਬਾਅਦ ਚ ਕਰਦਾ ਮੈਂ ਤੇਰੇ ਨਾਲ ਗੱਲ ਲੈ ਆ ਵੀ ਕੋਈ ਰਿਸ਼ਤੇਵਾਰੀ ਕਹਿੰਦਾ ਸੀਗਾ ਹੁਣ ਤੂੰ ਕਿੱਧਰ ਨਾ ਕਰੀ ਮੇਰੇ ਕਿੰਨੀ ਬਾਬਾ ਤੇ ਕਰਤੀ ਹਾਂ ਹੁਣ ਮੈਂ ਜਾ ਕੇ ਉਹਨਾਂ ਨੂੰ ਦੱਸਦਾ ਤੁਸੀਂ ਮੁੰਡਾ ਦੇਖ ਲਿਓ ਉਹ ਕੁੜੀ ਦੇਖ ਲੈਣਗੇ ਉਹ ਸੱਚਾ ਪਾ ਉਹ ਜੀਤਾ ਪੁੱਤ ਚਾਹ ਬਣਾ ਕੁੱਟ ਨਾ ਚਾਹ ਨਹੀਂ ਪੀਣੀ ਚਾਹ ਮੈਂ ਹੁਣੀ ਪੀ ਕੇ ਲੱਗਣਗੇ ਫੇਰ ਕਹੇਗਾ ਨਾ ਚਾਹ ਪੀ ਕੇ ਆਨੰਦੂ ਵੀ ਪੀ ਕੇ ਤਾਂ ਦੇਖ ਮੇਰੀ ਧੀ ਵੀ ਹੱਥਾਂ ਦੀ ਚਾਹ ਉਹ ਪੀਤੀ ਹੋਈ ਆ ਪਹਿਲਾਂ ਮੈਨੂੰ ਪਤਾ ਹੀ ਆ ਬਥੇਰੇ ਵਾਰੀ ਆਇਆ ਹੁਣ ਟਾਈਮ ਨਹੀਂ ਲੱਗਾ 2-3 ਮਹੀਨੇ ਹੋ ਗਏ ਚਾਹ ਪੀ ਕੇ ਆਂਦੀ ਉਹਦੇ ਹੱਥਾਂ ਜਾਂ ਐ ਨਹੀਂ ਕਹਿੰਦਾ ਫਿਰ ਮੈਂ ਚਾਹ ਪੀਂਦਾ ਨਹੀਂ ਉਹਦੇ ਹੱਥਾਂ ਦੀ ਜਿਹੜਾ ਚਾਹ ਪੀ ਲੈਂਦਾ ਮੁੜ ਕੇ ਉਹਦੀ ਕਹਿੰਦਾ ਭਾਈ ਬਣਾ ਲਓ ਘਟਾ ਤਾਂ ਤੇਰੀ ਮਰਜ਼ੀ ਹੈ ਭਾਈ ਚੱਲ ਆਪਾਂ ਵੀ ਇੱਕ ਦਿਨ ਕਰਨ ਹੀ ਕਰਨਾ ਰਿਸ਼ਤਾ ਚੱਲ ਦੇਖ ਲੈਂਦੇ ਪਤਾ ਲੱਗ ਜੂਗਾ ਕਹਿੰਦੇ ਹੁੰਦੇ ਰਿਸ਼ਤਾ ਤਾਂ ਕਲੇ ਕਰਾਈ ਤੇ ਹੁੰਦਾ ਗਾ ਹਾਂ ਉਹ ਤਾਂ ਗੱਲ ਠੀਕ ਆ ਰਿਸ਼ਤਾ ਤਾਂ ਆਪਾਂ ਕਰਨ ਹੀ ਕਰਨਾ ਗਾ ਰਿਸ਼ਤੇ ਦੀ ਤਾਂ ਕੋਈ ਗੱਲ ਨਹੀਂ
ਰਿਸ਼ਤੇ ਤਾਂ ਐ ਨਾ ਕੱਲ ਸਭ ਦੀ ਅੱਡੋ ਅੱਡੀ ਸੋਚ ਹੁੰਦੀ, ਮੇਰੀ ਤਾਂ ਇਹੀ ਸੋਚ ਆ ਵੀ ਬੰਦਾ ਵਧੀਆ ਹੋਵੇ, ਇੱਜ਼ਤਦਾਰ ਹੋਵੇ। ਤਾਂ ਜਦੋਂ ਟੋਪੀਆਂ ਵਾਲੇ ਆ ਜਾਂਦੇ, ਟੋਪੀਆਂ ਵਾਲੇ ਤਾਂ ਮੈਨੂੰ ਬੜਾ ਗੁੱਸਾ ਚੜ੍ਹਦਾ, ਘਰੇ ਬੈਠੇ ਬਾਹਰੋਂ ਆਉਂਦੇ ਨੀਗੇ, ਡਿਆ ਪਾਣੀ ਲਿਆ ਚਾਹ, ਆਪ ਕੰਮ ਕਰਨਾ ਤੇ ਦੂਜੇ ਨੂੰ ਕਰਨਾ ਦੇਣਾ ਨੀਗਾ, ਪਰ ਟੋਪੀਆਂ ਵਾਲੇ ਤਾਂ ਬੜਾ ਗੁੱਸਾ ਚੜ੍ਹਦਾ ਮੈਨੂੰ। ਕੋਈ ਵਧੀਆ ਹੋਵੇ ਪਰਿਵਾਰ, ਇੱਜ਼ਤਦਾਰ, ਚੰਗਾ ਪੱਗ ਬੰਨੀ ਹੋਵੇ, ਪਰਨਾ ਬੰਨਿਆ ਹੋਵੇ, ਸੈਂਪਲ ਪਰਿਵਾਰ ਸੋਹਣਾ ਲੱਗਦਾ ਗਾ, ਫੇਰ ਹੀ। ਬਾਪੂ ਜੀ ਕੌਣ ਹੈ ਟੋਪੀ ਵਾਲਾ? ਉਹ ਤਾਂ ਟੋਪੀ ਵਾਲਾ ਨੀ ਕੋਈ, ਬਹਿ ਜਾ। ਉਹ ਚੰਨੀ ਆਇਆ ਸੀਗਾ, ਕਹਿੰਦਾ ਰਿਸ਼ਤਾ ਕਰਾ ਦਿੰਦਾ ਗਾ। ਨਹੀਂ ਤੁਸੀਂ ਟੋਪੀ ਵਾਲੇ ਕਿਹੜੇ ਨੂੰ ਗਾਲਾਂ ਕੱਢੀ ਜਾਂਦੇ ਹੋ? ਉਹ ਟੋਪੀ ਵਾਲੇ ਨੀ ਕੱਢਦਾ, ਉਹ ਰਿਸ਼ਤਾ ਲੈ ਕੇ ਆਇਆ ਸੀਗਾ। ਮੈਂ ਤਾਂ ਐਂ ਕਹਿੰਦਾ ਸੀਗਾ, ਮੈਂ ਕਿਹਾ ਕਹਿੰਦਾ ਇਹ ਰਿਸ਼ਤਾ ਕਰਾ ਦੇਣਾ ਤੇਰੀ ਧੀ ਦਾ, ਮੈਂ ਕਿਹਾ ਕਰ ਦਿਆਂਗੇ ਜੀ, ਪਰਿਵਾਰ ਵਧੀਆ ਹੋਵੇ। ਮੈਨੂੰ ਇੱਕ ਤਾਂ ਕਹਿੰਦਾ ਵੀ ਪੈਸੇ ਵਾਲੇ ਹੋਣ, ਘਰ ਪੱਕਾ ਹੋਵੇ, ਘਰ ਸੈਂਪਲ ਹੋਵੇ, ਮੁੰਡਾ ਕੰਮ ਕਰਦਾ ਹੋਵੇ, ਸਾਨੂੰ ਬਾਹਲੀ ਜ਼ਮੀਨ ਦੀ ਲੋੜ ਨੀ, ਪਿੰਡ 'ਚ ਬਸ ਇੱਜ਼ਤ ਹੋਵੇ ਬੰਦੇ ਦੀ। ਆਪਾਂ ਪੈਸੇ ਨੂੰ ਕੀ ਕਰਾਉਣਾ, ਜਦੋਂ ਪਿੰਡ 'ਚ ਕੋਈ ਕਿਸੇ ਨੂੰ ਬੁਲਾਉਂਦੇ ਨੀਗਾ, ਆਪਾਂ ਇਹ ਘਰੇ ਰਿਸ਼ਤਾ ਨੀ ਕਰਦੇ ਤੇਰਾ। ਬੰਦੇ ਦੀ ਪਿੰਡ 'ਚ ਇੱਜ਼ਤ ਹੋਵੇ ਵਧੀਆ, ਉਸ ਬੰਦੇ ਦੇ ਕਹਿੰਦੇ ਉਹਦੇ ਕੋਲ ਸਾਰਾ ਕੁਛ ਹੁੰਦਾ ਜਿਹਦੀ ਇੱਜ਼ਤ ਹੁੰਦੀ ਹੈ। ਟੋਪੀ ਵਾਲਾ ਮੈਂ ਤਾਂ ਕਹਿੰਦਾ ਸੀ, ਮੈਂ ਕਹਿੰਦਾ ਟੋਪੀ ਵਾਲਾ ਨਾ ਮਿਲ ਜਾ, ਟੋਪੀ ਵਾਲਾ ਮੈਨੂੰ ਬੜਾ ਕੁਛ ਛੱਡਦਾ ਪੁੱਤ। ਆਹ ਟੋਪੀ ਵਾਲਾ ਆ ਕੇ ਲਿਆ ਦੇ ਪਾਣੀ, ਲਿਆ ਦੇ ਉਹ, ਤੈਨੂੰ ਕਿਹੜਾ, ਆਪਣ ਤੋਂ ਉਹ ਚਾਹੀਦਾ, ਤੂੰ ਪਾਥੀਆਂ ਚਿੰਦੀ ਹੋਵੇ, ਦੂਜਾ ਬੱਠਲ ਲਿਆ ਕੇ ਫੜਾਉਂਦਾ ਹੋਵੇ, ਉਹ ਸੋਹਣਾ ਲੱਗਦਾ। ਬਾਪੂ ਜੀ ਤੁਸੀਂ ਮੇਰੇ ਵਿਆਹ ਕਰਨਾ, ਘਰੇ ਨੌਕਰ ਨਹੀਂ ਰੱਖਣਾ ਆਪਾਂ, ਨਾਲੇ ਹਾਂ ਜੇ ਕਿਸਮਤ 'ਚ ਲਿਖੀ ਟੋਪੀ ਵਾਲਾ ਹੋਇਆ ਫਿਰ ਕੀ ਕਰੋਗੇ? ਕੀ ਸੋਚਦੇ ਹੋ ਪੁੱਤ? ਸੋਚਦਾ ਤਾਂ ਮੈਂ ਆ, ਜਦੋਂ ਮਾਂ ਪਿਓ ਰਿਸ਼ਤਾ ਕਰਦਾ ਨਾ, ਉਹ ਤਾਂ ਚੰਗਾ ਬਣਾ ਕੇ ਕਰਦਾ ਹੁੰਦਾ ਗਾ, ਗਾਹਾਂ ਕਹਿੰਦੇ ਬਾਅਦ 'ਚ ਫਿਰ ਸੰਜੋਗ ਦੀ ਗੱਲ ਰਹਿ ਜਾਂਦੀ। ਮੈਂ ਤਾਂ ਆਪਦੇ ਜਣੇ ਤੈਨੂੰ ਚੰਗੇ ਕਰੂੰਗਾ ਵੀ ਬੰਦਾ ਨਾਲ ਸਹਾਰਾ ਦਵਾਉਂਦਾ ਹੋਵੇ, ਪਿੰਡ 'ਚ ਚਾਰ ਭੈਣ ਭਾਈ ਇੱਜ਼ਤ ਹੋਵੇ। ਇਕੱਲੇ ਆਪਾਂ ਕਹਿੰਦੇ ਨੇ ਪੈਸਾ, ਪੈਸਾ ਵੀ ਇਕੱਲਾ ਕੀ ਕਰੂਗਾ? ਮੰਨ ਕੇ ਚੱਲ ਇੱਕ ਪਾਸੇ 50 ਕਿੱਲੇ ਜ਼ਮੀਨ ਦਿਆ, 30 ਕਿੱਲੇ ਜ਼ਮੀਨ ਦਿਆ, ਜਦੋਂ ਪਿੰਡ 'ਚ ਕੋਈ ਬੁਲਾਉਂਦਾ ਨੀ, ਉਸ ਘਰੇ ਕੀ ਫਾਇਦਾ ਰਿਸ਼ਤਾ ਕਰਨ ਦਾ? ਮੇਰੀ ਸੋਚ ਇਹ ਕਹਿੰਦੀ ਆ। ਇਹ ਤਾਂ ਹੈ ਬਾਪੂ ਜੀ, ਬੰਦੇ ਦੀ ਕਹਿੰਦੇ ਜਿਹਦੀ ਇੱਜ਼ਤ ਹੁੰਦੀ ਹੈ ਨਾ, ਉਹਦੇ ਕੋਲੇ ਸਾਰਾ ਕੁਛ ਹੀ ਹੁੰਦਾ। ਚੱਲ ਕੋਈ ਨਾ ਬਾਪੂ ਜੀ, ਚਾਹੇ ਟੋਪੀ ਵਾਲਾ ਆਵੇ ਤੇ ਚਾਹੇ ਪਰਨੇ ਵਾਲਾ, ਕੋਈ ਨੀ, ਜੇ ਪਰਨੇ ਵਾਲਾ ਆ ਗਿਆ ਤਾਂ ਤੁਹਾਡੀ ਇੱਛਾ ਪੂਰੀ ਹੋ ਜੂ, ਜੇ ਟੋਪੀ ਵਾਲਾ ਆ ਗਿਆ ਤਾਂ ਤੁਹਾਨੂੰ ਪਰਨਾ ਬੰਨ ਲਾਂਗੇ। ਉੱਥੇ ਕਹਿੰਦੇ ਤੂੰ ਤਾਂ ਟੋਪੀ ਵਾਲਾ ਭਾਲਦੀ ਬਾਪੂ ਜੀ? ਐਂ ਬਸ ਮੈਨੂੰ, ਮੈਂ ਕਟਿੰਗ ਵਾਲੇ ਮੁੰਡੇ ਤਾਂ ਮੈਨੂੰ ਉਹੀ ਨਹੀਂ ਪਸੰਦ। ਬਸ ਫਿਰ ਆਪਣੇ ਵਿੱਚ ਚੱਕਰ ਮਿਲ ਗਏ ਨਾ, ਚੱਲ ਮੇਰੀ ਧੀ ਫਿਰ ਆ ਗੱਲ ਆ ਤਾਂ ਆਪਾਂ ਫਿਰ ਇਹੋ ਜਿਹੀ ਭਾਲਾਂਗੇ, ਪਰਨੇ ਵਾਲਾ ਕੋਈ ਟੇਢਾ ਪਰਨਾ ਬੰਨਦੇ, ਪੇਂਡੂ ਟੱਚ ਮੈਨੂੰ ਬੜਾ ਸੋਹਣਾ ਲੱਗਦਾ ਗਾ। ਠੀਕ ਹੈ ਬਾਪੂ ਜੀ, ਚੱਲ ਕੋਈ ਗੱਲ ਨੀ ਪੁੱਤ, ਚੌੜ ਕਰੀ ਜਾਂਦੇ ਆ, ਬਾਕੀ ਦਾ ਪਰਮਾਤਮਾ ਕਹਿੰਦਾ ਸੰਯੋਗਾਂ ਦੀ ਗੱਲ ਹੁੰਦੀ ਆ, ਕੋਈ ਵੀ ਕਹਿੰਦਾ ਪਿਓ ਮਾੜਾ ਨੀ ਕਰਦਾ, ਧੀ ਵਾਸਤੇ ਚੰਗੀ ਸੋਚਦਾ ਹੁੰਦਾ ਗਾ, ਪਰ ਫਿਰ ਵੀ ਕਹਿੰਦੇ ਜਦੋਂ ਆਪਾਂ ਰਿਸ਼ਤਾ ਕਰਦੇ ਹਾਂ ਨਾ, ਫਿਰ ਵੀ ਆਪਾਂ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਗਾ। ਅੱਲਾ ਪੁੱਛਦੇ ਨੇ ਅੱਜ ਕੱਲ੍ਹ ਤੇ ਇਹ ਪੁੱਛਦੇ ਜ਼ਮੀਨ ਕਿੰਨੀ ਆ, ਘਰ ਪਰਿਵਾਰ ਕਿਵੇਂ ਆ, ਆਪਾਂ ਤਾਂ ਇਹ ਗੱਲ ਕਹਿਣੀ ਬੰਦੇ ਦੀ, ਜਦੋਂ ਆਪਾਂ ਦੇਖਦੇ ਪਿੰਡ 'ਚ ਇੱਜ਼ਤ ਵਧੀਆ ਹੋਵੇ ਨਾ, ਚਾਰ ਭੈਣ ਭਾਈ ਬੁਲਾਉਂਦੇ ਹੋਵੇ, ਉਹ ਬੰਦੇ ਕੋਲ ਸਾਰਾ ਕੁਛ ਹੀ ਹੁੰਦਾ ਗਾ। ਚਲੋ ਉਹ ਤਾਂ ਠੀਕ ਹੈ ਬਾਪੂ ਜੀ, ਪਰ ਕਈ ਵਾਰੀ ਐਵੇਂ ਵੀ ਹੁੰਦਾ, ਬੰਦੇ ਦੀ ਇੱਜ਼ਤ ਬਥੇਰੀ ਹੁੰਦੀ ਆ, ਪਰ ਲੋਕ ਜਿਹੜੇ ਉਤੋਂ ਸੜਦੇ ਆ, ਉਹਦੀ ਉਹੀ ਬਦਨਾਮੀ ਕਰਨ ਲੱਗ ਜਾਂਦੇ ਆ। ਇਹ ਤਾਂ ਬੰਦੇ ਨਾਲ ਨਾ ਵਰਤ ਕੇ ਹੀ ਪਤਾ ਲੱਗਦਾ ਕਿ ਬੰਦਾ ਅਸਲ 'ਚ ਹੈ ਕਿਹੋ ਜਿਹਾ, ਤੇ ਜੇ ਆਪਾਂ ਚਾਰ ਲੋਕਾਂ ਦੀਆਂ ਸੁਣਨ ਲੱਗ ਗਏ, ਲੋਕ ਤਾਂ ਤੁਹਾਨੂੰ ਪਤਾ ਹੀ ਹੈ ਚੰਗੇ ਬੰਦੇ ਦੇ ਤਾਂ ਉਹੀ ਖਿਲਾਫ ਹੁੰਦੇ ਆ। ਉਹ ਤਾਂ ਤੇਰੀ ਗੱਲ ਠੀਕ ਹੈ ਪੁੱਤ, ਤੇਰੀ ਗੱਲ ਸਿਆਣੀ ਹੈ। ਜੇ ਹੁਣ ਮੰਨ ਲਓ ਚਲੋ ਮੈਂ ਤਾਂ ਚਲੋ ਤੁਹਾਡੀ ਧੀ ਆ, ਠੀਕ ਹੈ, ਜੇ ਆਪਾਂ ਜੇ ਮੇਰਾ ਭਰਾ ਹੁੰਦਾ, ਆਪਾਂ ਕਿਤੇ ਰਿਸ਼ਤਾ ਦੇਖਣ ਗਏ ਹੁੰਦੇ, ਜੇ ਆਪਾਂ ਪਿੰਡ 'ਚੋਂ ਕੁੜੀ ਬਾਰੇ ਪੁੱਛਦੇ, ਤਾਂ ਕਿਹੜਾ ਚਾਹੁੰਦਾ ਕਿ ਕਿਸੇ ਦੀ ਧੀ ਦਾ ਘਰ ਵੱਸ ਜੇ? ਅਗਲੇ ਤਾਂ ਹੋਰ ਚਾਰ ਲਾ ਲਾ ਕੇ ਦੱਸਦੇ ਆ। ਕਿਸੇ ਤੇ ਭਰੋਸਾ ਕਰਨ ਵਾਲਾ ਚੰਗਾ ਏ ਕਿ ਆਪਾਂ ਕਿਸ ਬੰਦੇ ਨਾਲ ਵਰਤ ਕੇ ਦੇਖ ਲਈਏ ਕਿ ਬੰਦਾ ਹੈ ਕਿਹੋ ਜਿਹਾ, ਬਾਕੀ ਜੋ ਕਰਮਾਂ 'ਚ ਲਿਖਿਆ ਹੁੰਦਾ ਮਿਲਣਾ ਤਾਂ ਉਹੀ ਕੁਛ ਆ। ਪੁੱਤ ਜਿਹੜੀ ਤੂੰ ਗੱਲ ਕਹੀ ਆ ਨਾ, ਇਹ ਗੱਲ ਮੈਂ ਤੇਰੀ ਮਾਂ ਨੂੰ ਕਹੀ ਸੀਗੀ, ਮੈਂ ਕਿਹਾ ਆਪਾਂ ਉਹ ਬੰਦੇ ਨੂੰ ਕਹਾਂਗੇ
ਇੱਕ ਤਾਂ ਵਿਚੋਲਿਆ ਹੁੰਦਾ ਗਾ, ਸਾਖ ਹੀ ਕਰਾਉਂਦਾ ਹੁੰਦਾ, ਇੱਕ ਆਪਾਂ ਰਿਸ਼ਤੇਦਾਰ ਹੁੰਦਾ ਵੀ ਰਿਸ਼ਤੇਦਾਰ ਜਿਹੜਾ ਬੰਦਾ ਕਿਸੇ ਨਾਲ ਵਰਤਦਾ ਹੋਵੇ ਨਾ, 2 ਸਾਲ 4 ਸਾਲ ਵਰਤਦੇ ਨੂੰ ਹੋ ਗਏ ਹੁਣ, ਜੋ ਉਹ ਬੰਦਾ ਰਿਸ਼ਤਾ ਕਰਾਵੇ ਵਾਲੀ ਵੀ ਦੀ ਗੱਲ ਹੁੰਦੀ ਹੈ, ਉਹਨੂੰ ਪਤਾ ਹੁੰਦਾ ਵੀ ਉਹ ਪਰਿਵਾਰ ਕਿਹੋ ਜਿਹਾ ਗਾ। ਜਿਹੜਾ ਵਿਚੋਲਾ ਅੱਜ ਰਿਸ਼ਤੇ ਹੀ ਕਰਾਉਂਦਾ ਪਹਿਲਾਂ, ਅੱਜ ਆਇਆ ਗਾ, ਉਹਨੂੰ ਕੀ ਪਤਾ ਬੰਦਾ ਕਿਹੋ ਜਿਹਾ, ਉਹ ਤਾਂ ਊਂ ਕਹਿੰਦਾ ਬਹੁਤ ਵਧੀਆ ਜੀ ਮੈਂ ਕੱਲ੍ਹ ਜਾਏ, ਇੱਕ ਦਿਨ 'ਚ ਉਹਨੂੰ ਕੀ ਪਤਾ ਲੱਗ ਗਿਆ। ਰਿਸ਼ਤਾ ਉਹ ਬੰਦਾ ਕਰਾਵੇ, ਕੋਈ ਰਿਸ਼ਤੇਦਾਰ ਕਰਾਵੇ ਨਾ, ਉਹਨੂੰ ਪਤਾ ਹੋਵੇ ਆਉਂਦਾ ਜਾਂਦਾ ਹੋਵੇ, 2 ਸਾਲ 4 ਸਾਲ ਹੋ ਗਏ ਉਹਨੂੰ ਵਰਤਦਾ ਹੋਵੇ, ਪਤਾ ਹੋਵੇ ਮੁੰਡੇ ਦਾ ਸੁਭਾਅ ਕਿਹੋ ਜਿਹਾ, ਮਾਂ ਪਿਓ ਦਾ ਸੁਭਾਅ ਕਿਹੋ ਜਿਹਾ, ਫਿਰ ਜਾ ਕੇ ਗੱਲ ਬਣਦੀ ਹੁੰਦੀ ਹੈ, ਇਹ ਵੀ ਗੱਲ ਜ਼ਰੂਰੀ ਹੁੰਦੀ ਹੈ। ਪਰ ਜਿਹੜੇ ਆਹ ਊਂ ਕਰਾਉਂਦੇ ਹੁੰਦੇ ਆ ਰਿਸ਼ਤੇ, ਝੋਲਾ ਚੱਕ ਕਹਿ ਦਿੰਦੇ ਜਿਹਨਾਂ ਨੂੰ, ਤੇ ਇਹ ਤਾਂ ਭਾਈ ਫਿਰ ਤੈਨੂੰ ਪਤਾ ਇਹਨਾਂ ਦਾ ਕੰਮ ਹੀ ਇਹ ਹੁੰਦਾ ਗਾ। ਆਪਣੇ ਘਰੇ ਵੀ ਹੁਣ ਕੋਈ ਝੋਲਾ ਚੱਕ ਤਾਂ ਨਹੀਂ ਆ ਕੇ ਗਿਆ? ਉਹੀ ਆਇਆ ਸੀ ਪੁੱਤ ਚੰਨੀ ਲਾਲਾ ਤੋਂ। ਅੱਛਾ ਉਹ ਆਇਆ ਸੀ, ਠੀਕ ਹੈ। ਉਹ ਤਾਂ ਆਪਣੀ ਉਂਗਲੀ ਦੇਖਦਾ ਰਹਿੰਦਾ ਕਿ ਕਦੋਂ ਰਿਸ਼ਤਾ ਕਰਾਵਾਂ ਤੇ ਕਦੋਂ ਸ਼ਾਮ ਪੈ ਜੇ। ਉਹ ਤਾਂ ਸ਼ਾਮ ਦੀ ਤਾਂ ਉਹਨੂੰ ਮਾਰ ਲਗਾਈਦੀ ਸੀ, ਮਾਹਰ ਭਾਵੇਂ ਅਗਲਾ ਮੁੰਡੇ ਵਾਲਾ ਦਿੰਦਾ ਹੁੰਦਾ, ਮੈਂ ਧੀ ਵਾਲਾ ਦੇ ਦੂੰਗਾ, ਤੇ ਪਰ ਰਿਸ਼ਤਾ ਨਾ ਮੈਨੂੰ ਕਿਤੇ ਲਾਲਚ ਜਮਾ ਉਹ ਕਰਾ ਦੀ। ਮੈਂ ਸਿੱਧੀ ਗੱਲ ਦੱਸਦੀ ਵੀ ਉਹ ਤਾਂ ਮੁੰਡੇ ਵਾਲੇ ਸ਼ਾਮ ਪਾਉਂਦੇ ਹੁੰਦੇ ਨਾ, ਮੈਂ ਧੀ ਵਾਲਾ ਪਾ ਦੂੰਗਾ, ਪਰ ਮੈਨੂੰ ਰਿਸ਼ਤਾ ਵਧੇ ਚਾਹੀਦਾ, ਪਰਿਵਾਰ ਵਧੀਆ ਹੋਵੇ ਬਸ। ਕੱਲ ਨੂੰ ਕੀ ਪਤਾ ਬੰਦਾ ਮਾੜਾ ਟੱਕਰ ਜੇ, ਤੂੰ ਤਾਂ ਔਖੀ ਹੋਈਗੀ ਹੋਊਗੀ, ਸਾਰੀ ਉਮਰ ਮਾਂ ਪਿਓ ਵੀ ਔਖਾ ਹੁੰਦਾ ਜੇ ਬੰਦਾ ਮੁਰੇ ਗਲਤ ਟੱਕਰ ਜੇ। ਇਹ ਤਾਂ ਹੈ, ਇਹ ਨਹੀਂ ਹੁੰਦਾ ਧੀ ਔਖੀ ਹੋਊਗੀ, ਜੇ ਤੂੰ ਕੱਲ ਇੱਥੇ ਆ ਕੇ ਬਹਿ ਗਈ ਇਸ ਤਾਂ ਵੱਧ ਦੇ ਨਾਲ ਔਖੇ ਹੋਵਾਂਗੇ, ਕਿਹੜਾ ਮਾਂ ਪਿਓ ਚਾਹੁੰਦਾ ਵੀ ਉਹਦੀ ਧੀ ਅੱਜ ਔਖੀ ਹੋਵੇ। ਬਾਪੂ ਜੀ ਫੇਰ ਉਹੀ ਗੱਲਾਂ, ਉਹ ਤਾਂ ਜੋ ਤਕਦੀਰ ਚ ਲਿਖਿਆ ਹੋਣਾ ਤਾਂ ਉਹੀ ਆ, ਆਪਾਂ ਕਿਹੜਾ ਕਿਸੇ ਚੀਜ਼ ਨੂੰ ਰੋਕ ਸਕਦੇ ਹਾਂ। ਜੇ ਮੇਰੇ ਕਰਮਾਂ ਦੇ ਵਿੱਚ ਇੱਥੇ ਆਉਣਾ ਲਿਖਿਆ ਤਾਂ ਮੈਂ ਆਉਣਾ, ਜੇ ਸੁੱਖ ਲਿਖਿਆ ਤਾਂ ਤੁਹਾਨੂੰ ਪਤਾ ਹੀ ਫਿਰ ਮੈਂ ਆਪਣੇ ਸਹੁਰੇ ਘਰੇ ਵੀ ਸੁੱਖ ਪਾ ਲੈਣਾ। ਪਤਾ ਇੰਨੀ ਕਿਸ਼ਨ ਤੂੰ ਵੀ ਮਾੜੀ ਤੇਰੀ, ਤੇਰੇ ਕਰਮਾਂ ਸੁੱਖ ਹੀ ਲਿਖਿਆ ਹੋਊਗਾ। ਅੱਜ ਦੇਖ ਲਾ ਪਹਿਲਾਂ ਮੈਂ ਕੀ ਸੀ, ਅੱਜ ਜਦੋਂ ਤੂੰ ਜਨਮ ਲੈਤਾ ਨਾ, ਆਹ ਘਰ ਦੀ ਤਕਦੀਰ ਹੀ ਬਦਲ ਗਈ ਤੇਰੇ ਸਾਹਮਣੇ। ਉਹ ਕਦੋਂ ਆਪਣਾ ਕੇਸ ਚੱਲਦਾ ਦੇਖ ਲਾ, ਆਪਾਂ ਨੂੰ ਆਹ ਸੀਗੀ ਵੀ ਉਹ ਜ਼ਮੀਨ ਆਪਣੇ ਕੋਲ ਆ ਜਾਊ, ਉਹ ਵੀ ਆ ਗਈ, ਆਹ ਥਾਂ ਦੇਖ ਲਾ ਕਦੋਂ ਆਪਣਾ ਸੀਗਾ, ਆਹ ਵੀ ਆਪਾਂ ਨੂੰ ਮਿਲ ਗਿਆ ਦੇਖ। ਚੱਲ ਕੋਈ ਨਾ ਬਾਪੂ ਜੀ, ਮੈਂ ਚਾਹ ਲਿਆਉਂਦੀ ਹਾਂ, ਤੁਸੀਂ ਬਹਿ ਕੇ ਸੋਚ ਲਓ ਝੋਲੇ ਵਾਲੇ ਬਾਰੇ। ਠੀਕ ਆ ਪੁੱਤਾ, ਜੇ ਹੁਣ ਆਇਆ ਨਾ ਉਹਨੂੰ ਕਹਿ ਦੋ ਜੀਤਾਂ ਨਾਲ ਟੱਕਰ ਪਹਿਲਾਂ, ਮੇਰਾ ਰਿਸ਼ਤਾ ਲੈ ਕੇ ਆਉਂਦਾ। ਮਾਈ ਤੈਨੂੰ ਦਿਉ ਪੁੱਤਾ, ਆਹ ਦੇਖ ਲੈ ਲੈ, ਜਿਹੇ ਜਿਹੇ ਮੇਰੀਆਂ ਗੱਲਾਂ ਉਹੀ ਹੈ ਮੇਰੀਆਂ ਧੀਰੀਆਂ, ਸਾਡੇ ਵਿਚਾਰ ਬਹੁਤ ਮਿਲਦੇ ਆ। ਸਹੀ ਗੱਲ ਆ, ਕਹਿੰਦੇ ਹੁੰਦੇ ਜੇ ਧੀ ਚੰਗੀ ਹੋਵੇ ਨਾ ਤਾਂ ਸਾਰਾ ਕੁਝ ਠੀਕ ਹੋ ਜਾਂਦਾ। ਭਾਈ ਘਰੇ ਹੋ? ਕੌਣ ਆ? ਉਹ ਚੰਨੀ ਆ ਮੈਂ ਤੇ। ਅੱਛਾ ਚੰਨੀ ਆ, ਅੰਦਰ ਹੀ ਵੜੇ ਰਹਿੰਦੇ ਭਾਈ? ਹਾਂ ਦੱਸ ਭਾਈ, ਅੰਦਰ ਤਾਂ ਕੰਮ ਕੁੰਮ ਕਰੀ ਜਾਂਦੀ ਸੀ। ਉਹ ਤੇ ਤੇਰੇ ਕਰਮ ਤੇਜ ਆ, ਤੇਰੇ ਮੁੰਡੇ ਦੇ। ਅੱਛਾ, ਪਤਾ ਤੇਰੇ ਮੁੰਡੇ ਦੇ ਕਰਮ ਤੇਜ ਆ, ਪਤਾ ਨਹੀਂ ਮੇਰੇ ਕਰਮ ਤੇਜ ਆ। ਹੈ ਤੇਰੇ ਕਰਮ ਮਤਲਬ ਕਿਵੇਂ? ਮੈਂ ਸਮਝ ਨਹੀਂ ਆਪ ਨੂੰ। ਹਾਂ ਅੱਛਾ ਅੱਛਾ, ਠੀਕ ਹੈ ਠੀਕ ਹੈ। ਅੱਛਾ ਕੋਈ ਰਿਸ਼ਤਾ ਲੱਭ ਗਿਆ ਫਿਰ? ਹੁਣ ਉਹ ਰਿਸ਼ਤਾ ਵੀ ਲੱਭਿਆ, ਕੁੜੀ ਵੀ ਵਧੀਆ ਤੇ ਮੁੰਡਾ ਵੀ ਵਧੀਆ, ਮੁੰਡਾ ਤੁਹਾਡਾ ਵਧੀਆ ਅੱਜ ਤੇ ਕੁੜੀ ਵੀ ਵਧੀਆ ਤੇ ਮਾਂ ਪਿਓ ਵੀ ਵਧੀਆ। ਹੈ ਚੱਲ ਆ ਤਾਂ ਫਿਰ ਬਾਹਲਾ ਹੀ ਚੰਗਾ ਹੋ ਗਿਆ, ਤੇ ਕੁੜੀ ਵੀ ਸੋਹਣੀ ਸੁਨੱਖੀ ਆ ਤੇ ਪੜ੍ਹੀ ਲਿਖੀ ਆ, ਇੱਜ਼ਤਦਾਰ ਆ। ਮੇਨ ਗੱਲ ਤੇ ਅੱਜ ਕੱਲ ਇੱਜ਼ਤਦਾਰ ਕੁੜੀ ਮਿਲਦੀ ਨਹੀਂ। ਹਾਂ ਸਹੀ ਗੱਲ ਆ ਚੰਨੀ, ਆ ਤਾਂ ਤੇਰੀ ਬਹੁਤ ਸੋਹਣੀ ਗੱਲ ਆ ਜਿਹੜਾ ਤੂੰ ਰਿਸ਼ਤਾ ਲੱਭਦਾ ਮੇਰੇ ਮੁੰਡੇ ਵਾਸਤੇ। ਤੇ ਰਿਸ਼ਤਾ ਆਪਾਂ ਲੱਭਤਾ, ਹੁਣ ਆਪਾਂ ਚੱਲੀਏ ਦੇਖਣ। ਦੱਸ ਮੈਂ ਤਾਂ ਤਿਆਰ ਹੀ ਆ, ਮੈਂ ਤਾਂ ਹੁਣ ਵਗ ਚੱਲੂ ਨਾਲ। ਪਹਿਲਾਂ ਮੁੰਡਾ ਦਿਖਾ ਦੇ, ਕੁੜੀ ਦੇਖਣੀ ਤੂੰ। ਮੁੰਡਾ ਤਾਂ ਆਪਣਾ ਸੋਹਣਾ ਹੀ ਆ, ਆਪਾਂ ਕੁੜੀ ਦੇਖ ਲੈਂਦੇ ਆ, ਬਾਕੀ ਤੇਰੀ ਮਰਜ਼ੀ ਆ ਕਿਵੇਂ ਕਰਨਾ ਦੱਸ ਦੇ। ਚੱਲ ਮੈਂ ਤੁਹਾਨੂੰ ਫੋਨ ਲਾਊਂਗਾ। ਅੱਛਾ ਪਹਿਲਾਂ ਮੈਂ ਉਹਨਾਂ ਨੂੰ ਮੁੰਡਾ ਦਿਖਾ ਦਾਂ। ਅੱਛਾ ਪਹਿਲਾਂ ਮੁੰਡਾ ਦਿਖਾਓਗੇ? ਹੈ ਹਾਂ ਪੁੱਛ ਲਓ ਉਹਨਾਂ ਨੂੰ, ਮੈਂ ਤਾਂ ਹਾਂ ਹੀ ਕਰਾਉਣਾ ਆਈ ਤੇਰੇ ਵੀ ਇਹ ਰਿਸ਼ਤੇ ਲਈ ਰਾਜ਼ੀ ਹੋ ਕਿ ਨਹੀਂ।
ਲੈ ਮੈਂ ਤਾਂ ਤੈਨੂੰ ਪਤਾ ਜਦੋਂ ਤੂੰ ਪਹਿਲਾਂ ਰਿਸ਼ਤਾ ਲੈ ਕੇ ਆਇਆ ਸੀ ਮੈਂ ਤਾਂ ਉਦੋਂ ਵੀ ਰਾਜੀ ਸੀ ਪਰ ਇੱਕ ਗੱਲ ਸੁਣ ਲਾ ਮੇਰੀ ਪਹਿਲਾਂ ਵਾਲਾ ਕੰਮ ਨਾ ਹੋ ਜੇ ਕਿਤੇ ਉਹ ਨਹੀਂ ਨਹੀਂ ਹੁਣ ਨਹੀਂ ਹੁਣ ਤੇ ਆਪਾਂ ਹਾਂ ਹੀ ਆ ਪੱਕੀ ਉਧਰ ਪੁੱਛ ਕੇ ਆਇਆ ਉਹ ਕਹਿੰਦਾ ਕਰਾ ਦੇ ਬਈ ਚੱਲ ਤੂੰ ਫਿਰ ਐਂ ਕਰ ਕੋਈ ਗੱਲ ਨੀ ਫੋਨ ਕਰ ਲੈ ਉਹਨਾਂ ਨੂੰ ਪਤਾ ਕਰ ਲੈ ਵੀ ਭਾਈ ਅਸੀਂ ਤੁਸੀਂ ਮੁੰਡਾ ਦੇਖੋਗੇ ਪਹਿਲਾਂ ਕਿ ਕੁੜੀ ਦਿਖਾ ਦਈਏ ਉਹ ਮੈਂ ਉਹੀ ਕੰਜਰ ਅਗਲਾ ਫੋਨ ਨਹੀਂ ਲੈ ਕੇ ਆਇਆ ਉਹਨਾਂ ਨੰਬਰ ਪਹਿਲਾਂ ਹੈਗਾ ਜੀ ਮੇਰੇ ਕੋਲ ਉਹ ਮੇਰਾ ਮੋਬਾਈਲ ਚੋਰੀ ਹੋ ਗਿਆ ਸੀ ਫਿਰ ਉਹਦੇ ਸਾਰੇ ਨੰਬਰ ਸੀ ਮੈਂ ਨਵੇਂ ਉਹਦੇ ਨਾਲ ਗੱਲਾਂ ਕਰੀ ਗਿਆ ਉਹਦੇ ਕੋਲ ਉੱਠ ਕੇ ਆਇਆ ਕਾਲੀ ਕਾਲੀ ਚ ਬਸ ਉਹ ਤੋਂ ਨੰਬਰ ਨੀ ਲੈਤਾ ਗਿਆ ਚੱਲ ਕੋਈ ਨੰਬਰ ਤਾਂ ਤੂੰ ਲੈ ਕੇ ਰੱਖਿਆ ਕਰ ਜਦੋਂ ਰਿਸ਼ਤੇ ਕਰਾਉਣਾ ਤੈਨੂੰ ਪਤਾ ਤਾਂ ਹੈ ਵੀ ਨੰਬਰਾਂ ਦੀ ਤਾਂ ਪੂਰੀ ਲੋੜ ਪੈਂਦੀ ਹੈ ਉਹ ਦਿਮਾਗ ਚ ਕਈ ਧਿਆਨ ਨਾਲ ਤੈਨੂੰ ਮੈਂ ਮੋਬਾਈਲ ਮਾਚ ਗਿਆ ਹੈਗਾ ਸੀ ਨੰਬਰ ਤੇ ਮੇਰੇ ਕੋਲ ਵੀ ਵਿਚੋਲੇ ਸਾਪ ਸ਼ਾਂਪ ਦੇ ਚੱਕਰਾਂ ਚ ਭੁੱਲ ਜਾਣਾ ਹੋਰ ਮੈਨੂੰ ਕਾਲੀ ਸੀ ਦੂਜੇ ਦੇ ਰਿਸ਼ਤਾ ਕਰਾਉਣਾ ਸੀ ਹੋਰ ਵੀ ਹੁੰਦੇ ਆ ਅੱਛਾ ਅੱਛਾ ਮਾਰ ਕੇ ਉਧਰ ਉਹਨਾਂ ਨੂੰ ਹਾਂ ਨਾ ਦਾ ਜਵਾਬ ਦੇਣਾ ਸੀ ਉਧਰ ਰਿਸ਼ਤਾ ਹੋ ਗਿਆ ਉਧਰ ਮੈਂ ਐਂ ਕਹਿੰਦੀ ਸੀ ਜੇ ਆਪਾਂ ਇਕੱਠੇ ਹੀ ਨਾ ਕਰ ਲਈਏ ਸਾਰਾ ਕੁਛ ਨਾਲੇ ਉਹ ਮੁੰਡਾ ਦੇਖ ਲੈਣਗੇ ਨਾਲੇ ਆਪਾਂ ਕੁੜੀ ਦੇਖ ਲਾਂਗੇ ਕਿਉਂ ਐਵੇਂ ਦੂਰੇ ਤੇਰੇ ਕੰਮ ਕਰਨੇ ਨੇ ਹਾਂ ਐਂ ਕਰ ਲੈਣੇ ਨਾ ਤੇ ਹੋਰ ਹੁਣ ਇੱਕ ਵਾਰੀ ਇਧਰੋਂ ਆਪਾਂ ਬਾਗ ਚੱਲਦੇ ਆ ਨਾਲੇ ਇਹ ਮੁੰਡੇ ਨੂੰ ਦੇਖ ਲੈਣਗੇ ਆਪਾਂ ਕੁੜੀ ਨੂੰ ਦੇਖ ਲਾਂਗੇ ਸਾਰਾ ਕੰਮ ਹੀ ਲੋਟ ਆ ਜਾਊ ਚਲ ਆ ਤੇਰੀ ਗੱਲ ਸਹੀ ਆ ਹਾਂ ਤੂੰ ਫੋਨ ਕਰਕੇ ਫਿਰ ਤੂੰ ਐਂ ਕਰ ਤੂੰ ਘਰੇ ਜਾ ਮੈਨੂੰ ਐਂ ਲੱਗਦਾ ਹਾਂ ਬਾਈ ਨੇ ਉੱਤਰ ਵਿਆਹ ਵੀ ਨਾ ਕਰਾ ਲਿਆ ਹੋਵੇ ਲੈ ਕੰਜਰ ਕਹੇ ਜੀਆਂ ਗੱਲਾਂ ਕਰਦਾ ਬੇ ਸ਼ਰਮ ਮੰਨਿਆ ਕਰ ਮਾੜੀ ਮੋਟੀ ਮੈਂ ਤੇਰਾ ਵੀ ਰਿਸ਼ਤਾ ਨਾਲ ਹੀ ਕਰ ਦਿੰਨੇ ਆ ਦੋ ਸ਼ਾਂਪਾ ਓਹੋ ਫਿੱਟੇ ਮੂੰਹ ਤੇਰੇ ਬਸ ਤੈਨੂੰ ਤਾਂ ਚਾਹ ਰਹਿੰਦਾ ਸ਼ਾਂਪਾ ਪਵਾਉਣ ਦਾ ਵਿਆਹੀਆਂ ਹੋਈਆਂ ਦੀ ਕਰਾਈ ਜਾਂਦਾ ਰਹਿੰਦਾ ਰਿਸ਼ਤੇ ਨਾਣਾ ਉਹ ਚੌੜ ਕਰਦਾ ਬਾਈ ਨੂੰ ਪੁੱਛ ਲਈ ਤੇ ਬਈ ਕਰਾ ਦਈ ਉਹਨੂੰ ਰਿਸ਼ਤਾ ਕਿਹਨੂੰ ਮੈਨੂੰ ਕਿਉਂ ਮੁੰਡੇ ਨੂੰ ਬਾਈ ਨੂੰ ਬਾਈ ਮੁੰਡੇ ਤੋਂ ਪੁੱਛ ਲੈ ਜੀ ਕੋਈ ਨਾ ਉਹਦੇ ਨਾਲ ਤਾਂ ਮੈਂ ਕਰ ਲੂੰਗੀ ਗੱਲ ਉਹ ਮੈਥੋਂ ਬਾਹਰ ਨਹੀਂ ਹੈਗਾ ਨਾਲੇ ਮੈਂ ਜਿਹੜੀ ਗੱਲ ਕਹਿੰਦੀ ਨਾਲੇ ਬਾਕੀ ਤੇਰੇ ਤੇ ਤਾਂ ਵਿਸ਼ਵਾਸ ਆ ਉਹਨੂੰ ਪਰ ਪਾਲੋ ਕੋਠੀ ਕੁੱਠੀ ਕਦੋਂ ਪਾਉਂਗੇ ਹਣਾ ਕੋਠੀ ਕੁੱਠੀ ਤਾਂ ਆਪਣੀ ਆਪ ਹੀ ਪੈ ਜੂਗੀ ਤੂੰ ਕਿਹੜਾ ਰਿਸ਼ਤੇ ਦੀ ਗੱਲ ਕਰ ਆਇਆ ਵੀ ਇੱਕ ਵਾਰੀ ਜੁੜ ਜੇ ਰਿਸ਼ਤਾ ਮੁੜ ਕੇ ਵਿਆਹ ਆਪਾਂ ਫੇਰ ਕਰ ਲਾਂਗੇ ਆਪਾਂ ਕਿਹੜਾ ਹੁਣੀ ਕਰਨਾਗਾ ਹਾਂ ਚੱਲ ਠੀਕ ਆ ਫਿਰ ਮੈਂ ਜਾਨਾ ਤੈਨੂੰ ਫੋਨ ਕਰਕੇ ਦੱਸੂਗਾ ਮੈਨੂੰ ਹੁਣੀ ਦੱਸੀ ਫੋਨ ਕਰਕੇ ਫਿਰ ਹਾਂ ਮੈਂ ਜਾਨਾ ਉਹਦੇ ਕੋਲ ਹੀ ਜਾਨਾ ਆਹੋ ਚੱਲ ਆ ਤਾਂ ਬਾਲਾ ਹੀ ਚੰਗਾ ਹੋ ਗਿਆ ਮੇਰੇ ਪੁੱਤ ਦਾ ਰਿਸ਼ਤਾ ਹੋ ਜੂਗਾ ਨਾਲੇ ਮੇਰਾ ਮੁੰਡਾ ਤਾਂ ਸੋਹਣੀ ਕੁੜੀ ਭਾਲਦਾ ਸੀਗਾ ਚੱਲ ਸ਼ੁਕਰ ਹੈ ਕੁੜੀ ਤਾਂ ਕਹਿੰਦਾ ਸੋਹਣੀ ਆ ਬਾਕੀ ਦੇਖੇ ਤੋਂ ਪਤਾ ਲੱਗੂਗਾ ਵਿਚੋਲੇ ਨੂੰ ਨਾ ਭੁਕਾਈ ਹੁੰਦੀ ਉੱਧਰ ਵਗ ਜਾ ਉੱਧਰ ਵਗ ਜਾ ਹੋਰ ਕੰਮ ਹੀ ਨੀ ਇਹ ਜੋ ਦਲਾਲਾਂ ਦਾ ਕੰਮ ਵਧੀਆ ਪਸ਼ੂ ਵਿੱਚ ਉਹ ਤੇਰੇ ਕੋਲੇ ਆਉਂਦਾ ਸੀ ਉਹ ਠੀਕ ਆ ਠੀਕ ਆ ਵਧੀਆ ਉਹ ਐਂ ਕਰਨਾ ਆਹ ਵਿਸ਼ਵਾਸ ਥਾਂ ਦਾ ਹੋਊਗਾ ਕਦ ਸਿੱਧੀ ਕਰ ਲੈ ਆਹ ਹੋਰ ਤੂੰ ਤਾਂ ਡਾਂਗਾ ਖਾਏਗਾ ਖਾਏਗਾ ਮੇਰੇ ਨਾਲ ਮੇਰੇ ਖਾਏਗਾ ਸਿੱਧੀ ਕਿਵੇਂ ਹੋਈ ਆਦੇ ਪਿਓ ਦਾ ਰਾਜ ਆ ਉਹ ਨਹੀਂ ਕੁਛ ਨਹੀਂ ਹੁੰਦਾ ਉਹ ਐਂ ਕੀ ਹੁੰਦਾ ਅਗਲਾ ਨਾ ਦੇ ਦੇ ਲੱਖ ਰੁਪਈਆ ਨੂੰ ਕੀ ਹੁੰਦਾ ਚੱਲ ਕੋਈ ਨਹੀਂ ਤਾਂ ਬਾਅਦ ਚ ਦੇਖਾਂਗੇ ਤੂੰ ਦੱਸ ਕਿਵੇਂ ਆਇਆ ਸੀ ਬਾਅਦ ਚ ਮੈਂ ਤੇ ਉਹ ਆਇਆ ਸੀ ਰਿਸ਼ਤੇ ਵਾਰੀ ਆਇਆ ਸੀ ਕੁੜੀ ਉਹ ਮੈਂ ਕੁੜੀ ਦੀ ਮਾਂ ਕੋਲੇ ਗਿਆ ਸੀ ਤੇ ਤੂੰ ਫੋਨ ਲਾ ਲੈਂਦਾ ਉਹ ਫੋਨ ਮੇਰਾ ਉਹ ਪਹਿਲਾਂ ਨਾ ਚੋਰੀ ਹੋ ਗਿਆ ਸੀ ਉਹ ਨਵੇਂ ਉਹ ਹੱਚ ਮੈਂ ਦਿਮਾਗ ਚ ਮੇਰੇ ਕੋਲ ਡਾਇਰੀ ਹੈਗੀ ਸੀ ਡਾਇਰੀ ਚ ਲਿਖਿਆ ਹੋਇਆ ਤੇਰਾ ਨੰਬਰ ਉਹੀ ਨੰਬਰ ਆ ਪਹਿਲਾਂ ਵਾਲੀ ਪਹਿਲਾਂ ਵਾਲੀ ਆ ਤੇ ਗੱਲ ਆਏ ਆ ਕੀ ਨਾਮ ਇਹਦਾ ਉਹ ਐਂ ਕਹਿੰਦੀ ਆ ਵੀ ਮੁੰਡਾ ਕੁੜੀ ਇਕੱਠੇ ਦਿਖਾ ਦਾਂਗੇ ਮੈਂ ਉਹ ਕਹਿੰਦੀ ਪਹਿਲਾਂ ਅਸੀਂ ਜਾਵਾਂਗੇ ਫਿਰ ਉਹ ਆਉਣਗੇ ਫੇਰ ਸਗਣਾ ਬੜੇ ਕਿਹੜੇ ਲੱਗੇ ਨਾ ਤੁਹਾਡਾ ਖਰਚਾ ਹੋਵੇ ਨਾ ਉਹਦਾ ਖਰਚਾ ਹੋਵੇ ਹੈਂ ਵੀ ਸਿੱਧੇ ਹੀ ਕੱਲ੍ਹ ਨੂੰ ਉਹਨਾਂ ਨੂੰ ਬੁਲਾ ਲੈਂਦਾ ਮੈਂ ਇੱਥੇ ਤੁਹਾਡੇ ਘਰੇ ਨਾਲੇ ਮੁੰਡਾ ਦੇਖ ਲਿਓ ਤੁਸੀਂ ਨਾਲੇ ਮੁੰਡੇ ਨੂੰ ਲਿਆਊਗੀ ਤੇ ਤੁਸੀਂ ਕੁੜੀ ਮੁੰਡਾ ਦੇਖ ਲਓ ਕੁੜੀ ਦੇਖ ਲੂਗੀ ਚਲੋ ਦਿਖਾ ਤਾਂ ਦੇਵਾਂਗੇ ਮੈਨੂੰ ਮਾੜਾ ਜਿਹਾ ਨਾਂ ਅਡਰੈਸ ਦੱਸ ਦੇ ਮਾੜਾ ਜਿਹਾ ਪਤਾ ਵੀ ਲੈਤਾ ਜਾਂਦਾ ਗਾ ਹਾਂ ਅਡਰੈਸ ਤੈਨੂੰ ਮੈਂ ਦੱਸ ਦਿੰਦਾ ਉਹ ਉਹਦਾ ਕਿਹੜਾ ਡਬਈ ਵਾਲੇ ਵੱਜਦੇ ਆ ਡਬਈ ਗਿਆ ਹੋਇਆ ਉਹਦਾ ਘਰ ਉਹਦਾ ਕਿਹੜੇ ਉਹਦੇ ਘਰ ਆ ਵੀ ਅਮਰ ਦੇ ਮਾਂ ਠੀਕ ਹੈ ਤੇ ਪਿਓ ਡਬਈ ਗਿਆ ਹੋਇਆ ਡਬਈ ਵਾਲੇ ਕਹਿੰਦੀ ਜੱਸੇ ਗਏ ਜੱਸੇ ਗਏ ਮੁੰਡੇ ਦਾ ਨਾਮ ਅਮਰ ਮੁੰਡੇ ਦਾ ਨਾਮ ਅਮਰ ਹੈ ਤੇ ਘਰ ਵਾਲੀ ਦਾ ਨਾਮ ਸੋਨੀ ਹੈ ਠੀਕ ਹੈ ਹਾਂ ਘਰ ਕਿੱਥੇ ਜੇ ਘਰ ਹੋਇਆ ਛੱਪੜ ਨਹੀਂ ਛੱਪੜ ਛੱਪੜ ਤੋਂ ਇੱਕ ਤੇ ਦੋ ਚੌਥਾ ਘਰ ਹੈ ਛੱਪੜ ਤੋਂ ਹਾਂ ਡਬਈ ਵਾਲੇ ਤੇ ਜਾਣਾ ਛੱਪੜ ਇੱਕੋ ਹੀ ਉੱਥੇ
ਹਾਂ ਇੱਕੋ ਹੀ ਆ ਤੇ ਆਹ ਕਰਾ ਹੀ ਨੀ ਕੰਮ ਠੀਕ ਆ ਤੇ ਕੱਲ ਨੂੰ ਤਿਆਰੀ ਰੱਖੀ ਨਾਲੇ ਥੋੜੇ ਪੈਸੇ ਨਾਰਾਜ ਜੇ ਤਾਂ ਲੋਟ ਵੀ ਹੈ ਉਥੋਂ ਐ ਹੋ ਜੂ ਸਦਾ ਇੱਥੇ ਆ ਜਾਓ ਹਨਾ ਚਲ ਦੇਖ ਰਹਾ ਹੂੰ ਦੇਖਣ ਨੂੰ ਕਹਿ ਦਿੰਦੇ ਇਹਨੂੰ ਗੱਲ ਕੰਮ ਦੀ ਕਹਿ ਗਿਆ ਗੱਲ ਤਾਂ ਇਹਦੀ ਵੀ ਠੀਕ ਆ ਇੱਥੋਂ ਐ ਸਿੱਧੀ ਹੋ ਜੂ ਜਮਾ ਚੱਲ ਭਾਈ ਹੋਰ ਤਾਂ ਛੱਡ ਪਹਿਲਾਂ ਰਿਸ਼ਤਾ ਤਾਂ ਬਾਅਦ ਚ ਦੇਖੋ ਪਹਿਲਾਂ ਥਾਂ ਵਾਲੀ ਗੋਲੀ ਜਾ ਕੇ ਕੀ ਕਰੀ ਜਾਂਦਾ ਪੁੱਤਾ ਬਾਪੂ ਜੀ ਆ ਦੇਖੋ ਗਵਾਂਢੀਆਂ ਦਾ ਜਵਾਕ ਤੇ ਸੋਹਣੇ ਨਹੀਂ ਆਈ ਅੱਜ ਵੱਡੀ ਸੋਹਣੇ ਉਹ ਇਹਨੂੰ ਛੱਡ ਕੇ ਚਲੇ ਗਈ ਅੱਛਾ ਪੁੱਤ ਮੈਂ ਤੇਰੇ ਨਾਲ ਗੱਲ ਕਰਨੀ ਸੀ ਇੱਕ ਦੱਸੋ ਉਹ ਚੰਨੀ ਆਇਆ ਸੀਗਾ ਝੋਲੇ ਵਾਲਾ ਹਾਂ ਕੀ ਕਹਿੰਦਾ ਸੀ ਰਿਸ਼ਤੇ ਨੂੰ ਕਹਿੰਦਾ ਸੀ ਪੁੱਤ ਉਹ ਕਹਿੰਦਾ ਸੀਗਾ ਵੀ ਆਹ ਵੀ ਦੇਖਣ ਨੂੰ ਕਹਿੰਦੇ ਵੀ ਇਕੱਠੇ ਹੀ ਨਿਬੇੜ ਦਿੰਦੇ ਕੰਮ ਕਹਿੰਦਾ ਪਹਿਲਾਂ ਤੁਸੀਂ ਜਾਓਗੇ ਮੁੰਡਾ ਦੇਖਣ ਫਿਰ ਉਹ ਆਉਣਗੇ ਵੀ ਮੁੰਡਾ ਤੇ ਕੁੜੀ ਨੂੰ ਇਕੱਠੇ ਹੀ ਦਿਖਾ ਦਿੰਦੇ ਗੇਰਾ ਹਾਂ ਫਿਰ ਉਹਨਾਂ ਨੂੰ ਬੁਲਾ ਲਓ ਤੁਸੀਂ ਠੀਕ ਹੈ ਤਾਂ ਹੀ ਪੁੱਤ ਮਾੜੀ ਫਿਰ ਗੱਲ ਤਾਂ ਤੇਰੇ ਨਾਲ ਕਰਨੀ ਜ਼ਰੂਰੀ ਹੈ ਨਾ ਠੀਕ ਹੈ ਕੋਈ ਨਹੀਂ ਬਾਪੂ ਜੀ ਤੁਸੀਂ ਉਹਨਾਂ ਨੂੰ ਬੁਲਾ ਲਓ ਹੁਣ ਮੈਂ ਆਪਦੀ ਮਰਜ਼ੀ ਨਾਲ ਕਹਿ ਦਿਆਂ ਮੁੜ ਕੇ ਕੱਲ੍ਹ ਨੂੰ ਤੂੰ ਕਹੇਂਗੀ ਬਾਪੂ ਮੈਨੂੰ ਤਾਂ ਪੁੱਛ ਲੈਂਦਾ ਮੈਂ ਤਾਂ ਕਰਕੇ ਤੈਨੂੰ ਪੁੱਛਿਆਗਾ ਹੁਣ ਤੂੰ ਕਹਿਤਾ ਨਾਲੇ ਮੈਨੂੰ ਵੀ ਐਂ ਹੋ ਗਿਆ ਅਤੇ ਤੇਰੀ ਮਾਂ ਨਾਲ ਵੀ ਗੱਲ ਕਰ ਲੈਂਦਾ ਹੈ ਠੀਕ ਹੈ ਹਾਂ ਹੋਰ ਤਾਂ ਕੋਈ ਗੱਲ ਨਹੀਂ ਪੁੱਤ ਅਤੇ ਜਿਹੜਾ ਕੰਮ ਕਦੇ ਰਾਏ ਨਾਲ ਹੋ ਜਾਣਾ ਵਧੀਆ ਹੁੰਦਾ ਠੀਕ ਹੈ ਨਾ ਹਾਂ ਹੋਰ ਕੋਈ ਗੱਲ ਨਹੀਂ ਸੋਹਣੇ ਬਿਨਾ ਜੀ ਜਗਨ ਜੀ ਨਹੀਂ ਲੱਗਦਾ ਹੈ ਨਾ ਆਹ ਦੇਖੋ ਚੱਲ ਜੇ ਕੋਈ ਰੀੜਾ ਕੱਪੜਾ ਲਿਆਉਣਾ ਤਾਂ ਪੁੱਤ ਲਿਆਈ ਚੰਗਾ ਠੀਕ ਹੈ ਆਪਾਂ ਦੋਨੋਂ ਚੱਲਾਂਗੇ ਠੀਕ ਹੈ ਕੱਪੜੇ ਲੈਣ ਜਾਣਾ ਆਹੋ ਇਹਨੂੰ ਲੈ ਜੀ ਨਾਲ ਚੱਲ ਪਹਿਲਾਂ ਤਾੜੀ ਮਾਰ ਕੇ ਦਿਖਾ ਐਵੇਂ ਐਵੇਂ ਕਰਕੇ ਦਿਖਾ ਗਿੱਧਾ ਪਾ ਕੇ ਦਿਖਾ ਦੇ ਫਿਰ ਆਪਾਂ ਕੱਪੜੇ ਲੈ ਕੇ ਆਵਾਂਗੇ ਸੋਹਣੇ ਸੋਹਣੇ ਜੇ ਚੱਲ ਨੱਚ ਕੇ ਦਿਖਾਈ ਚੱਲ ਛੇਤੀ ਨੱਚ ਕੇ ਦਿਖਾ ਛੇਤੀ ਨੱਚ ਕੇ ਦਿਖਾ ਲੈ ਦੇਖੀ ਨੱਚਦੀ ਨਹੀਂ ਹੈ ਉਹ ਮਾੜਾ ਮੋਟਾ ਤੂੰ ਵੀ ਗੇੜਾ ਦੇ ਲੈ ਕਰ ਹਾਂ ਸਮਾਨ ਤਾਂ ਲਿਆਉਣਾ ਉਹ ਸਮਾਨ ਮੈਂ ਲਿਆਉਣਾ ਜਿਹੜਾ ਮੇਰੇ ਲਿਆਉਣ ਵਾਲਾ ਗਾ ਤੇ ਜਿਹੜਾ ਕੋਈ ਤੁਹਾਡੇ ਲਿਆਉਣ ਵਾਲਾ ਗਾ ਤੇ ਉਹ ਤੁਸੀਂ ਲਿਆ ਗਏ ਇਹਨੂੰ ਨਾਲ ਇਹਦੀ ਤਾਈ ਨੂੰ ਭੇਜਦੇ ਹੁਣ ਤੇ ਇੱਥੋਂ ਤਾਂ ਜਾਇਆ ਨਹੀਂ ਜਾਂਦਾ ਕੋਈ ਨਹੀਂ ਉਹਨੂੰ ਮੈਂ ਤੋਰ ਦੂੰਗੀ ਦੱਸ ਦੂੰਗੀ ਜਿਹੜਾ ਕੋਈ ਚੀਜ਼ ਦੀ ਲੋੜ ਹੋਈ ਤੇ ਆਪੇ ਲਿਆਉਣਗੇ ਕੋਈ ਗੱਲ ਨਹੀਂ ਬਸ ਫਿਰ ਵੀ ਚਲੋ ਹੁੰਦੇ ਹੀ ਆ ਤੇ ਇੰਨੀ ਫਿਰ ਮੈਂ ਦੇਖ ਦਾਂਗਾ ਪੁੱਛ ਕੇ ਕਰਨ ਇੱਕ ਦੋ ਬੰਦਿਆਂ ਨੂੰ ਕਹਿ ਦਿੰਦਾ ਗਾ ਨਾ ਫਿਰ ਵਾਲੀ ਦੇਖਣੀ ਆਉਣਗੇ ਕੋ ਹਾਂ ਹਾਂ ਕਿਹੜਾ ਦਾ ਦੇਖਣ ਆਉਣਗੇ ਬਾਹਰਲਾ ਘਰ ਆ ਨਹੀਂ ਬਾਹਰਲਾ ਘਰ ਨਹੀਂ ਆ ਹੋਰ
ਆਈ ਘਰ ਡੇਢ ਕਨਾਲ ਆ। ਡੇਢ ਕਨਾਲ? ਹਾਂ ਤੇ ਕੋਠੀ। ਅੱਛਾ ਫਿਰ ਉਧਰ ਹੋਊਗੀ ਰੋਡ ਤੇ? ਨਹੀਂ ਇਹੀ ਆ। ਇਹੀ ਆ? ਉਹ ਤੂੰ ਜਗ੍ਹਾ ਦੇਖਣੀ ਕੁੜੀ ਦੇਖਣੀ। ਓਹੋ ਵੀ ਜਗ੍ਹਾ ਨੂੰ ਕੀ ਅਸੀਂ ਖਾੜਾ ਲਵਾਉਣਾ ਉਰੇ? ਲੈ ਦੇਖ ਲਾ ਕੁੜੀ ਆਈ ਕੁੜੀ। ਅੱਲਾ ਬਈ ਤੋ ਠੀਕ ਠਾਕ ਨਾ ਪਰਿਵਾਰ? ਵਧੀਆ ਜੀ ਵਧੀਆ, ਤੁਸੀਂ ਦੱਸੋ ਆਦਾ। ਤੇ ਆ ਕੁੜੀ ਆ ਵੀ ਆ ਲੈ ਪਾਣੀ ਚੱਕੋ। ਚੱਕ ਚੱਕ ਅਜਾ ਪੁੱਤ ਬਹਿ ਜਾ ਇੱਧਰ, ਫਿਰ ਬਣਾ ਲਈ ਚਾਹ ਤੋਂ। ਪਾਣੀ ਆਰ ਓਰ ਨਹੀਂ ਲੱਗਿਆ ਹੋਇਆ ਤੁਹਾਡੇ? ਥੋੜਾ ਪੀ ਲਈ ਪੁੱਤ, ਐਵੇਂ ਬਿਮਾਰੀ ਲੱਗ ਜੂ ਕੋਈ। ਆਪਾਂ ਪੀਤਾ ਨੀ ਕਦੇ ਪੁੱਤ ਆ ਪਾਣੀ। ਹੋਰ ਪੁੱਤ ਤੈਨੂੰ ਪਤਾ ਇਹ ਤਾਂ ਬਾਹਲਾ ਮਾੜਾ ਗਾ। ਉਹ ਕੋਈ ਮਾੜਾ ਗਾ, ਅਸੀਂ ਪੀਨੇ ਆ। ਕਿਉਂ ਕਰੀਏ? ਆਹ ਕੁੜੀ ਹੈਗੀ। ਹੈ? ਹਾਂ ਕਿਤੇ ਸੋਹਣੀ ਸੁੱਕੀ ਕੁੜੀ ਆ। ਹਾਂ ਭਾਈ ਆਹ ਦੇਖ ਲਓ ਕੁੜੀ ਤੁਹਾਡੇ ਸਾਹਮਣੇ ਬੈਠੀ ਆ, ਵਧੀਆ ਪੈਂਡੂ ਟੱਚ ਕੁੜੀ ਆ। ਚੁੱਪ ਕਰਕੇ ਬਹਿ ਜਾ, ਸੋਹਣੀਆਂ ਕੱਪੜੇ ਦੇਖ ਉਹਦੇ ਕਿਹੋ ਜਿਹੇ ਪਾਏ ਨੇ। ਕੱਪੜੇ ਕੱਪੜੇ ਸੈਂਪਲ ਆ ਰਹੀ ਆ। ਹਾਂ ਸੈਂਪਲ ਰਹਿੰਦੀ ਆ। ਮਾੜਾ ਮੋਟਾ ਤਾਂ ਅੱਜ ਕੱਲ੍ਹ ਜਵਾਨਾ ਗਾ, ਇਹ ਤਾਂ ਜੰਮੀ ਸਿੱਧੀ ਲੱਗਦੀ ਆ। ਉਹ ਚੁੱਪ ਕਰ, ਇੱਥੇ ਨਾ ਬੋਲ ਕੁਛ। ਜੰਮੀ ਸਰਿਆ ਪਿਆ ਚੰਨੀ, ਤੂੰ ਮਾੜਾ ਮੋਟਾ ਤਾਂ ਸੋਚ ਲੈਂਦਾ, ਤੈਨੂੰ ਪਤਾ ਮੇਰਾ ਪੁੱਤ ਤਾਂ ਚੰਨ ਵਰਗਾ। ਮੇਰੇ ਪੁੱਤ ਤਾਂ ਕੋਰਸ ਕੀਤੇ ਹੋਏ ਨੇ, ਇਹਦੇ ਡਿਪਲੋਮਾ ਕੀਤਾ ਨੇ। ਉਹ ਡਿਪਲੋਮਾ ਨੀ ਡਿਪਲੋਮਾ ਹੁੰਦਾ, ਫਿਰ ਕੁਛ ਮਰਜ਼ੀ ਹੋਵੇ ਕੀਤਾ ਤਾਂ ਹੈਗਾ। ਇਹਨਾਂ ਦੀ ਕੁੜੀ ਤਾਂ ਅੱਠ ਪੜ੍ਹੀ ਹੈਗੀ। ਓਏ ਹਾਂ, ਪਰ ਤੂੰ ਕਿਉਂ ਅੰਗਰੇਜ਼ੀ ਘੋਟੀਆਂ ਨਹੀਂ ਆਉਂਦੀ ਨਾ, ਗੱਲ ਚੜੀ ਜਾਂਦੀ। ਚੁੱਪ ਕਰ ਜਾ ਵੀ, ਚੁੱਪ ਕਰ ਜਾ। ਮੇਰਾ ਪੁੱਤ ਪੜ੍ਹਿਆ ਲਿਖਿਆ ਹੈਗਾ, ਮੈਂ ਤਾਂ ਬੋਲਣਾ ਹੀ ਆ। ਉਹ ਜੇ ਨਹੀਂ ਪਸੰਦ ਰਿਸ਼ਤਾ ਘਰੇ ਜਾ ਕੇ ਜਵਾਬ ਦੇ ਰਿਹਾ, ਚੁੱਪ ਕਰ, ਇੱਥੇ ਨਾ ਬੋਲ ਕਰ। ਕੋਈ ਨਾ, ਇਹਨੇ ਤਾਂ ਡੌਗ ਲਾਈ ਮੈਨੂੰ ਦੱਸ ਹੀ ਦਿੰਦਾ ਮੇਰਾ ਪੁੱਤ। ਹਾਂ ਡੌਗ ਲਾਈ ਨਹੀਂ। ਹਾਂ ਪੁੱਤ ਵੀ ਚੱਲ, ਕੋਈ ਨਾ ਪੁੱਤ, ਕੁਛ ਮਰਜ਼ੀ ਹੋਵੇ, ਆਪਾਂ ਪੜ੍ਹੇ ਲਿਖੇ ਤਾਂ ਹੈਗੇ ਆ ਮਾੜੇ ਮੋਟੇ। ਤੈਨੂੰ ਚੁੱਪ ਤਾਂ ਕਰ ਜਾ, ਚੁੱਪ ਕਰ ਜਾ। ਆਹ ਤੂੰ ਸਮਝ ਨਹੀਂ ਆਉਂਦੀ ਮੈਨੂੰ ਤਾਂ। ਚੱਲ ਪੁੱਤ ਚੱਲ ਗਏ ਆਪਾਂ। ਕਿੱਥੇ ਜਾਣਾ? ਚੁੱਪ ਕਰਕੇ ਬਹਿ ਜਾਓ। ਲੈ ਕਿੱਥੇ ਜਾਣਾ? ਆਪਦੇ ਘਰੇ ਜਾਣਾ। ਉਹ ਚਾਹ ਪਾਣੀ ਤੇ ਪੀ ਲਓ, ਮੈਂ ਨਹੀਂ ਖੜ ਸਕਦੀ ਇੱਥੇ। ਚੱਲ ਪੁੱਤ ਚੱਲ ਗਏ ਆਪਾਂ। ਉਹ ਕਿੱਥੇ ਜਾਣਾ? ਚੁੱਪ ਪਾਣੀ ਪੀ ਲਓ, ਚੁੱਪ ਕਰ, ਮੈਂ 2 ਵਾਰੀ ਕਹਿ ਦਿੱਤਾ ਤੁਮ ਚਾਹ ਪਾਣੀ ਪੀ ਲਓ। ਬਸ ਪੀ ਲਿਆ ਚਾਹ ਪਾਣੀ ਅਸੀਂ। ਆ ਦੇਖੀ ਇੱਧਰ ਆ ਚਾਕੀ, ਇਹੋ ਜਿਹੀ ਟਰੇ ਦੇ ਵਿੱਚ ਤਾਂ ਨਾ ਸਾਡਾ ਜੈਕੀ ਖਾਣਾ ਖਾਂਦਾ, ਤੇ ਨਾਲ ਪਰੌਂਠਾ ਬਣਾ ਕੇ ਰੱਖ ਦਿੰਦੀ ਆ ਮੈਂ। ਪਾਓ ਜੈਕੀ ਕਿਹੜਾ? ਕੁੱਤਾ ਨੀ ਜੈਕੀ ਆ ਉਹ, ਸਾਡੇ ਜੈਕੀ ਸਾਡੇ ਡੋਗੀ ਦਾ ਨਾਮ ਆ। ਉਹ ਕੁੱਤਾ ਟਿਕਰੇਚੀ ਮਾਰਦੀ। ਉਹ ਰਿਸ਼ਤਾ ਨਹੀਂ ਜਵਾਬ, ਐਵੇਂ ਨਹੀਂ ਕਰਕੇ ਜਾਂਦੇ ਹੁੰਦੇ। ਚੁੱਪ ਕਰ ਜਾ, ਮੇਰੇ ਹੱਥ ਜੋੜੋ ਨਾ, ਮੈਂ ਰਿਸ਼ਤੇ ਨੂੰ। ਚੁੱਪ ਕਰ ਜਾ, ਕਾਹਦੇ ਵਾਸਤੇ ਚੁੱਪ ਕਰ ਜਾ? ਤੂੰ ਪਹਿਲਾਂ ਹੀ ਦੇਖਣਾ ਸੀ ਵੀ ਮੈਂ ਕਿਹੋ ਜਿਹਾ ਨਾਲ ਜੋੜਦਾ। ਕੋਈ ਗੱਲ ਨੀ ਭਾਈ, ਜੇ ਤੁਸੀਂ ਗੱਲਬਾਤ ਕਰਨੀ ਹੈ ਕੁੜੀ ਨੂੰ ਤਾਂ ਕਰ ਲਓ। ਇਹ ਜੀ ਕੀ ਗੱਲ ਆ? ਕੁੜੀ ਦੱਸ, ਕੁੜੀ 'ਚ ਨੁਕਸ ਹੈਗਾ ਕੋਈ? ਬਸ ਨੁਕਸੇ ਨੁਕਸੇ ਨੇ ਸਾਰੇ। ਅਸੀਂ ਘਰ ਬਾਰ ਵੀ ਦੇਖਣਾ ਸੀ ਚੱਜ ਦਾ, ਇਕੱਲੀ ਕੁੜੀ ਨੀ ਦੇਖਣੀ ਸੀਗੀ। ਭਾਈ ਘਰ ਘਰ ਬਾਰ ਆਪਣਾ ਪਿੱਛੇ ਹੈਗਾ ਬਥੇਰਾ ਗਾ। ਪਿੱਛੇ ਇਹੋ ਜਿਹਾ ਪਿੱਛੇ ਹੋਊਗਾ ਜੀ? ਇਹ ਤਾਂ ਐਂ ਲੱਗਦਾ ਜਿਵੇਂ ਕੁੱਕੜਾਂ ਦੇ ਪਾਏ ਹੁੰਦੇ ਨਾ, ਉਹ ਨੀ ਹੁੰਦਾ ਕੀ ਕਹਿੰਦੇ ਹੁੰਦੇ ਮੁਰਗਿਆਂ ਦਾ ਹੁੱਡਾ, ਫਾਰਮ ਫਾਰਮ ਮੁਰਗਿਆਂ ਦਾ। ਤੁਸੀਂ ਬੋਲਦੇ ਜਾਂਦੇ ਹੋ, ਬੋਲਦੇ ਜਾਂਦੇ ਹੋ ਜੇ ਅਸੀਂ ਕੁਛ ਨਹੀਂ ਕਹਿੰਦੇ। ਤੁਹਾਨੂੰ ਜੇ ਤੁਹਾਨੂੰ ਰਿਸ਼ਤਾ ਇਹੋ ਜਿਹਾ ਇਹਨਾਂ ਨੂੰ ਨਹੀਂ ਪਸੰਦ ਸੀ, ਤੁਸੀਂ ਲੈ ਕੇ ਕਿਉਂ ਆਏ? ਮੇਰੇ ਬਾਪੂ ਨੂੰ ਹੋਰ ਸੁਣਾਉਣ ਦੀ ਲੋੜ ਨਹੀਂ ਹੈਗੀ। ਜੇ ਤੁਹਾਨੂੰ ਨਹੀਂ ਪਸੰਦ ਨਾ ਰੁਕੋ ਬਾਪੂ ਜੀ, ਤਾਂ ਜਾਓ। ਦੇਖ ਕੇ ਮੈਂ ਬੋਲ ਗਿਆ, ਸਾਨੂੰ ਵੀ ਐਡਾ ਸ਼ੌਂਕ ਨਹੀਂ ਵੀ ਤੁਹਾਡੇ ਨਾਲ ਰਿਸ਼ਤਾ ਜੋੜੀਏ। ਬੇਬੇ ਬਸ ਕਰਨਾ, ਬਸ ਕਰ, ਕੁੜੀ ਦੇਖ ਕੇ ਮੈਂ ਜਵਾਨ ਲੜਾਉਂਦੀ ਆ, ਕੱਲ ਨੂੰ ਜੇ ਵਿਆਹ ਹੋ ਜਾਂਦਾ
ਉਹ ਤਾਂ ਤੈਨੂੰ ਤਾਂ ਥੱਲੇ ਲਾ ਕੇ ਰੱਖ ਦਈਏ। ਨਹੀਂ ਬਾਪੂ ਸਾਨੂੰ ਤਾਂ ਲੋੜ ਨੀ ਹੈਗੀ, ਮਗਰੋਂ ਤਾਂ ਜਹੇ ਜਾ ਪਾਓਗੇ ਜਾਨ ਨਾ ਪਾਓਗੇ। ਅੱਜ ਤਾਂ ਸਗਨ ਦੀ ਕਰਨਾ ਸੀਗਾ, ਅਸੀਂ ਤਾਂ ਘਰ ਬਾਰ ਹੁਣ ਦੇਖਣਾ ਸੀ। ਤੁਸੀਂ ਜਾਓ ਨਾ ਫਿਰ, ਇੱਥੇ ਬੈਠੇ ਕਿਉਂ? ਬਸ ਗੱਡੀ ਦੀ ਲੋੜ ਨੀ ਹੈਗੀ ਪੁੱਤ, ਮੈਂ ਤੈਨੂੰ 5 ਗੱਡੀਆਂ ਖੜਾ ਦੂੰ, ਦੱਸ ਕਿਹੜੀ ਗੱਡੀ ਲੈਣੀ ਆ। ਤੇਰਾ ਪਿਓ ਬਾਹਰ ਕੰਮ ਕਰਦਾ, ਸਮਝ ਗਏ? ਭਾਈ ਪੈਸੇ ਜਿੰਨੇ ਕਹੋਗੇ ਪੈਸੇ ਕਰ ਲਓ, ਮੈਂ ਪੈਸੇ ਵੀ ਦੇਣ ਨੂੰ ਤਿਆਰ ਆ। ਬਾਪੂ ਨਾ ਜੀ ਲੋੜ ਨਹੀਂ, ਤੁਸੀਂ ਕਿਉਂ ਐਵੇਂ ਭੁੱਲੀ ਜਾਂਦੇ ਹੋ? ਪੁੱਤੋ ਹੁਣ ਘਰੇ ਆ ਕੇ ਮੁੜਨਗੇ? ਨਹੀਂ ਕੋਈ ਗੱਲ ਨਹੀਂ, ਸਾਨੂੰ ਤਾਂ ਕੋਈ ਲੋੜ ਨਹੀਂ ਜੀ, ਵੀ ਅਸੀਂ ਮੁੜ ਜਾਵਾਂਗੇ, ਸਾਨੂੰ ਕੋਈ ਬੇਇੱਜ਼ਤੀ 'ਚ ਫਰਕ ਨਹੀਂ ਪੈਂਦਾ। ਮੇਰੇ ਪੁੱਤ ਦੇ ਪਿੱਛੇ ਤਾਂ ਕੁੜੀਆਂ ਦੀ ਲਾਈਨ ਲੱਗੀ ਹੋਈ ਹੈ। ਤੁਹਾਨੂੰ ਤਾਂ ਨਹੀਂ ਫਰਕ ਪੈਂਦਾ, ਜਿਹੜੇ ਬੰਦੇ ਪਿੰਡ 'ਚ ਜਿੱਤੋਂ ਉਹਨੂੰ ਤਾਂ ਫਰਕ ਪੈਂਦਾ, ਧੀ ਆ ਜਾਂਦਾ ਪੈਂਦਾ ਹੀ ਹੁੰਦਾ, ਮੇਰੀ ਧੀ ਮੈਨੂੰ ਤਾਂ ਫਰਕ ਪੈਂਦੇ ਹੀ ਆ। ਚੱਲ ਜੇ ਮੇਰੀ ਧੀ ਬੋਲੀ ਆ, ਮੈਂ ਤੁਹਾਨੂੰ ਮਾਫ਼ੀ ਮੰਗ ਲੈਂਦਾ। ਨਾ ਨਾ ਸਾਨੂੰ ਤਾਂ ਲੋੜ ਨਹੀਂ ਹੈਗੀ ਜੀ ਮਾਫ਼ੀ ਮੰਗਣ ਦੀ, ਵੀ ਸਾਡੇ ਤੋਂ ਮਾਫ਼ੀ ਮੰਗੋ ਤੁਸੀਂ, ਨਾਲੇ ਇੱਜ਼ਤ ਤਾਂ ਅਸੀਂ ਦੇਖ ਹੀ ਲੈਤੀ ਵੀ ਕਿੰਨੀ ਕੁ ਹੋਊਗੀ ਤੁਹਾਡੀ। ਉਹ ਭਾਈ ਇੱਜ਼ਤ ਸਭ ਦੀ ਹੁੰਦੀ ਆ, ਮੇਰੀ ਵੀ ਇੱਜ਼ਤ ਹੈਗੀ ਆ। ਬਾਕੀ ਸਰ ਜਦੋਂ ਤੁਹਾਨੂੰ ਕਹੀ ਆ, ਜਿਹੜਾ ਕੁਛ ਤੁਸੀਂ ਮੰਗੋਗੇ ਮੈਂ ਦੇਵਾਂਗਾ, ਜੇ ਪੂਰਾ ਨਾ ਉਤਰਿਆ ਤਾਂ ਜੋ ਮਰਜ਼ੀ ਕਹੋ। ਮੇਰੀ ਗੱਲ ਸੁਣੋ ਸਰਦਾਰ ਜੀ, ਤੁਸੀਂ ਨਾ ਐਂ ਕਰੋ, ਜਿਹੜਾ ਤੁਸੀਂ ਸਾਨੂੰ ਕੁਛ ਦੇਣਾ ਨਾ ਗੱਡੀਆਂ ਗੁੱਡੀਆਂ, ਤੇ ਉਹ ਤੁਸੀਂ ਆਪਣੇ ਨਾਲ ਕੋਠੀ ਪਾ ਲਓ। ਹਾਂ ਸਾਨੂੰ ਲੋੜ ਨਹੀਂ ਹੈਗੀ, ਚੰਨੀ ਆਹ ਮਾੜਾ ਮੋਟਾ ਸੋਚ ਲੈਂਦਾ ਵਿਚੋਲਿਆ ਕੁਛ ਤੂੰ, ਉਹ ਤਾਂ ਜਮੀ ਠੀਕ ਅਸੀਂ ਆਪ ਹੀ ਨੀ ਰਹਿਣਾ ਚਾਹੁੰਦੇ। ਮੈਂ ਤਾਂ 2 ਮਿੰਟ ਨਾ ਖੜਾ, ਮੈਂ ਤਾਂ ਸਿਰਫ ਚੰਨੀ ਦੇ ਮੂੰਹ ਨੂੰ ਆਈ ਸੀ। ਚੱਲ ਸੰਜੋਗ ਨੀ, ਬਾਅਦ ਚ ਆਪਾਂ ਗੱਲ ਕਹਿ ਦਿੰਦੇ। ਜੇ ਪਹਿਲੀ ਤੂੰ ਆਹ ਗੱਲਾਂ ਕਰੀਆਂ ਸੀਗਾ, ਘਰ ਬਾਰ ਇਹਨਾਂ ਨੂੰ ਦੱਸਿਆ ਹੁੰਦਾ ਵੀ ਇਹੋ ਜਿਹਾ ਘਰ ਬਾਰ ਆ, ਫੇਰ ਨਾ ਤੁਸੀਂ ਮੈਨੂੰ ਕੱਲ ਨੂੰ ਕਿਹੋ। ਆਹ ਨੌਬਤਾਂ ਨੀ ਆਉਂਦੀਆਂ, ਜਿਹਦਾ ਅੱਜ ਧੀ ਦਾ ਤਾਂ ਇੱਥੇ ਮੇਰੀ ਧੀ ਨੂੰ ਛੱਡ ਕੇ ਗਏ, ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤੀ ਹੈ। ਉਹ ਚਰਨ ਆ ਇਹ ਰੱਬ ਦੀਆਂ ਲਿਖੀਆਂ ਹੋਈਆਂ, ਉਹ ਜੋੜੀਆਂ ਉੱਤੋਂ ਬਣਾ ਕੇ ਆਉਂਦੇ ਨੇ, ਬੰਦੇ ਦੇ ਕੋਈ ਹੱਥ ਨੀ ਹੁੰਦਾ। ਤੁਸੀਂ ਐਂ ਨਾ ਕਹੋ ਵੀ ਮਾੜਾ ਹੋਇਆ, ਚੰਗੇ ਵਾਸਤੇ ਹੋਇਆ, ਇਹ ਦਿਲ ਤੇ ਨਾ ਲਾ, ਪਰ ਤੇਰੇ ਵਾਸਤੇ ਚੰਗੇ ਵਾਸਤੇ ਹੋਇਆ, ਗੱਲ ਸੰਜੋਗਾਂ ਦੀ ਆ। ਅਸੀਂ ਗੱਲ ਸੰਜੋਗਾਂ ਦੀ ਹੈ, ਮੈਨੂੰ ਤਾਂ ਸਮਝਾਈ ਜਾਂਦਾ, ਆਪਦੀ ਗਲਤੀ ਨਹੀਂ ਮੰਨਦਾ। ਵੀ ਤੂੰ ਆਹੀ ਗੱਲਾਂ ਉਹਨਾਂ ਪਹਿਲਾਂ ਦੱਸਣੀਆਂ ਹੁੰਦੀਆਂ, ਪਹਿਲਾਂ ਦੱਸਣਾ ਸੀ ਭਾਈ ਉਹ ਬੰਦੇ ਗਰੀਬ ਹੈਗਾ, ਉਹਨਾਂ ਨੂੰ ਉੱਥੇ ਘਰ ਬਾਰ ਉਹਨਾਂ ਦਾ ਇਹੋ ਜਿਹਾ ਰਿਸ਼ਤਾ ਕਰਨਾ ਕਿ ਨਹੀਂ ਕਰਨਾ, ਉਹ ਕੋਈ ਗੱਲ ਨਹੀਂ ਪੁੱਤ। ਲੈ ਅੱਗੇ ਗੱਲ ਸੰਜੋਗਾਂ ਦੀ ਹੈ, ਪੁੱਤ ਸੰਜੋਗ ਵੀ ਕੀ ਕਰਨਗੇ, ਇੰਨਾ ਤਾਂ ਉਹਨੂੰ ਪਤਾ ਸੀ ਬੰਦੇ ਗਰੀਬ ਆ। ਸਾਰੀ ਗੱਲ ਪਹਿਲਾਂ ਵਿਚੋਲੇ ਨੂੰ ਦੱਸਣੀ ਚਾਹੀਦੀ ਹੈ, ਭਾਈ ਇਹੋ ਜਿਹਾ ਘਰ ਬਾਰ ਹੈਗਾ, ਬਾਅਦ 'ਚ ਨਾ ਕਿਹੋ। ਉਹ ਤਾਂ ਘਰੇ ਆਉਣ ਸਾਰੀ ਹੋਰ ਰੁਝ ਕਰਨ ਲੱਗ ਗਏ ਸੀ, ਮੈਨੂੰ ਪਤਾ ਲੱਗ ਗਿਆ। ਸਹੀ ਕਹਿੰਦਾ ਬਾਈ ਬਾਪੂ ਜੀ, ਗੱਲ ਤਾਂ ਹੀ ਸੰਜੋਗਾਂ ਦੀ ਹੋਈ ਆ। ਓਕੇ ਪੁੱਤ, ਬਾਅਦ 'ਚ ਆਪਾਂ ਆਹੀ ਗੱਲਾਂ ਕਹਿ ਰਹੇ ਹਾਂ। ਚੱਲ ਕੋਈ ਗੱਲ ਨਹੀਂ ਪੁੱਤ, ਤੂੰ ਨਾ ਆਵੇ ਮਨ 'ਤੇ ਗੱਲ ਲਾਈ, ਕੋਈ ਇਹ ਨਾ ਸੋਚੀ ਵੀ ਖੜੀ ਹੋਵਾ ਕੇ, ਕੋਈ ਗੱਲ ਨਹੀਂ।
ਜੇ ਗੱਲ ਕਰਦੀ ਆ ਨਾ ਲੈ ਮੈਂ ਤੈਨੂੰ ਪਹਿਲਾਂ ਘਰ ਵੀ ਪਾ ਕੇ ਦਿਖਾ ਦੂੰਗਾ। ਨਾਲੇ ਪੁੱਤ ਇੱਕ ਗੱਲ ਹੋਰ, ਤੇਰੀ ਮਾਂ ਕੋਲ ਨਾ ਦੱਸੀ ਵੀ ਐਂ ਕਰਕੇ ਉਹ ਮੁੜ ਗਏ, ਉਹ ਤਾਂ ਪਹਿਲੀ ਬਿਮਾਰ ਰਹਿੰਦੀ ਹੈ। ਕੋਈ ਨਾ ਬਾਪੂ ਜੀ, ਮੈਂ ਕਿਸੇ ਨੂੰ ਨਹੀਂ ਕਹਿੰਦੀ। ਕੋਈ ਗੱਲ ਨਹੀਂ ਪੁੱਤ, ਬਾਕੀ ਸਿਰੇ ਰਹੀ ਗੱਲ ਹੁਣ ਘਰ ਦੀ, ਤਾਂ ਮੈਂ ਹੁਣ ਘਰ ਵੀ ਪਾ ਕੇ ਦਿਖਾਊਂਗਾ। ਆਪਾਂ ਕਿਹੜਾ ਘਰ ਨਹੀਂ ਪਾ ਸਕਦੇ, ਉਹ ਮੈਂ ਤਾਂ ਐਂ ਸੀਗਾ ਮੈਂ ਪੁਰਾਣਾ ਘਰ ਆ, ਮੈਨੂੰ ਪੁਰਾਣੇ ਘਰਾਂ ਨਾਲ ਬਹੁਤ ਪਿਆਰ ਆ, ਵੀ ਢਾ ਕੇ ਨਾ ਸਾਰਾ ਨਵਾਂ ਘਰ ਉਹ ਕਲਚਰ ਮੈਂ ਨਹੀਂ ਲਿਆਉਣਾ ਚਾਹੁੰਦਾ, ਵੀ ਪੁਰਾਣਾ ਮੈਨੂੰ ਸੋਹਣਾ ਲੱਗਦਾ, ਮੈਂ ਤਾਂ ਰੱਖਿਆ ਸੀ। ਮੈਨੂੰ ਕੀ ਪਤਾ ਵੀ ਐਸੇ ਬੰਦੇ ਵੀ ਦੁਨੀਆਂ ਤੁਰੇ ਫਿਰਦੇ ਆ ਜਿਹਨੂੰ ਇੰਨਾ ਇੰਨਾ ਹੰਕਾਰ ਆ।